ਜੂਲੀਅਸ ਫਿਊਚੇਕ ਦਾ ਨਾਵਲ ਫਾਂਸੀ ਦੇ ਤਖਤੇ ਤੋਂ ਸਤਵਾਂ ਕਾਂਡ ਮਾਰਸ਼ਲ ਲਾ 1942 ਮਈ 7 1943 ਇਸ ਗੱਲ ਨੂੰ ਪੂਰਾ ਵਾਰਾ ਹੋ ਗਿਆ ਉਹ ਮੈਨੂੰ ਫੇਰ ਇੱਕ ਵਾਰ ਪੁੱਛ ਗਏ ਛਵੇਲੇ ਦੇ ਕੁਟਾਪੇ ਪਿੱਛੋਂ ਸਿਨਮੇ ਚ ਲੈ ਆਏ ਸਨ ਇਹ ਸਾਡਾ ਰੋਜ਼ ਦਾ ਨਿਯਮ ਸੀ ਨੰਬਰ 400 ਤੋਂ ਹੇਠਾਂ ਸਾਨੂੰ ਰੋਟੀ ਖਾਣ ਲਈ ਲਿਆਉਂਦੇ ਜੋ ਪੰਕਰਤਸ ਤੋਂ ਆਉਂਦੀ ਸੀ ਤੇ ਫਿਰ ਮੁੜ ਚੌਥੀ ਮੰਜ਼ਿਲ ਤੇ ਲੈ ਜਾਂਦੀ ਅਸੀਂ ਬੈਠ ਕੇ ਰੋਟੀ ਖਾਂਦੇ ਸੀ ਬੈਂਚ ਕੈਦੀਆਂ ਨਾਲ ਪੂਰੀ ਤਰ੍ਹਾਂ ਭਰੇ ਹੋਏ ਹੁੰਦੇ ਸਨ ਤੇ ਉਹ ਆਪਣੇ ਚਮਚਿਆਂ ਨਾਲ ਖਾਦੀ ਰੋਟੀ ਚਿੱਥਣ ਵਿੱਚ ਰੁੱਝੇ ਹੁੰਦੇ ਸਨ ਇਹ ਬਿਲਕੁਲ ਮਨੁੱਖੀ ਮਾਹੌਲ ਜਾਪਦਾ ਸੀ ਜਿਵੇਂ ਅਸੀਂ ਸਾਰੇ ਜੋ ਕੱਲ ਮਰ ਜਾਵਾਂਗੇ ਜੇ ਅਚਾਨਕ ਪਿੰਜਰਾਂ ਦੀ ਸ਼ਕਲ ਧਾਰਨ ਕਰ ਜਾਈਏ ਤਾਂ ਸਾਡੇ ਮਿੱਟੀ ਦੇ ਕਟੋਰਿਆਂ ਵਿੱਚੋਂ ਚਮਚਿਆਂ ਦੀ ਟੰ ਟੰ ਬਦਲ ਕੇ ਹੱਡੀਆਂ ਦੀ ਰਗੜ ਤੇ ਜਬਾੜਿਆਂ ਦੀ ਖੜਖੜ ਬਣ ਜਾਏਗੀ ਉਸ ਵੇਲੇ ਕੋਈ ਇਹ ਗੱਲ ਨਹੀਂ ਸੀ ਸੋਚ ਰਿਆ ਕਿਸੇ ਨੂੰ ਇਹ ਨਹੀਂ ਸੀ ਸੁਝ ਰਹੀ ਸਾਡੇ ਚੋ ਹਰ ਇੱਕ ਇੱਕ ਹਫਤਾ ਹੋਰ ਇੱਕ ਮਹੀਨਾ ਹੋਰ ਜਾਂ ਕਈ ਸਾਲ ਹੋਰ ਜਿਉਣ ਦੇ ਆਪਣੇ ਆਪਣੇ ਸਰੀਰ ਦੇ ਇੰਜਨ ਚ ਬਲਣ ਪਾਈ ਜਾ ਰਿਹਾ ਸੀ ਵਾਤਾਵਰਨ ਅਜਿਆ ਸੀ ਕਿ ਤੁਸੀਂ ਕਹਿ ਸਕਦੇ ਹੋ ਮੌਸਮ ਬੜਾ ਚੰਗਾ ਹੈ ਫਿਰ ਅਚਾਨਕ ਕਿਸੇ ਅਜੀਬ ਹਵਾ ਦਾ ਬੁੱਲਾ ਆਇਆ ਸਾਕ ਉਟਵੀਂ ਚੁੱਪ ਛਾ ਗਈ ਸਿਰਫ ਸੰਤਰੀਆਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਕਿ ਕੋਈ ਅਸਾਧਾਰਨ ਗੱਲ ਹੋ ਰਹੀ ਹੈ ਇਹਦਾ ਸਬੂਤ ਇਹ ਸੀ ਕਿ ਉਹਨਾਂ ਸਾਨੂੰ ਬੁਲਾਇਆ ਇੱਕ ਕਿਤਾਬ ਚ ਖੜੇ ਕੀਤਾ ਪੰਕਰਤਸ ਵਾਪਸ ਲੈ ਗਏ ਸਿਖਰ ਦੁਪਹਿਰੇ ਪੰਕਰਤਸ ਨੂੰ ਮੋੜਾ ਪਹਿਲਾਂ ਤਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ ਅੱਧਾ ਦਿਨ ਬਿਨਾਂ ਕਿਸੇ ਕੋਟਾਪੇ ਦੇ ਅਸੀਂ ਸਾਰੇ ਅਜੇ ਸਵਾਲਾਂ 'ਚ ਉਲਝ ਗਏ ਆ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਸਾਨੂੰ ਜਵਾਬ ਨਹੀਂ ਆੜਦੇ ਇਹ ਕੋਈ ਦੇਵੀ ਮਿਹਰਬਾਨੀ ਹੋਈ ਲੱਗਦੀ ਸੀ ਪਰ ਅਸਲ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਵਰਾਂਡੇ 'ਚ ਸਾਨੂੰ ਜਨਰਲ ਇਲੀਅਸ਼ ਪ੍ਰੋਟੈਕਟੋਰੇਟ ਦੇ ਵੇਲੇਾਂ 'ਚ ਰਹਿ ਚੁੱਕਿਆ ਪ੍ਰਧਾਨ ਮੰਤਰੀ ਜਿਹਨੂੰ ਪਿੱਛੋਂ ਗੋਲੀ ਮਾਰ ਦਿੱਤੀ ਗਈ ਸੀ ਮਿਲਿਆ ਉਹਦੀਆਂ ਅੱਖਾਂ 'ਚ ਘਬਰਾਹਟ ਸੀ ਸੰਤਰੀਆਂ ਦੀ ਆੜੋਂਲਿਓ ਵੀ ਉਹਦੀ ਨਜ਼ਰ ਮੇਰੇ ਤੇ ਪਈ ਤੇ ਉਹਨੇ ਅੱਗੇ ਵਧ ਕੇ ਹੌਲੀ ਜਿਹਾ ਕਿਹਾ ਮਾਰਸ਼ਲ ਲਾ ਲੱਗ ਗਿਆ ਮੇਰੇ ਖਾਮੋਜ ਸਵਾਲ ਦਾ ਜਵਾਬ ਦੇਣ ਦਾ ਉਹਨੂੰ ਮੌਕਾ ਨਾ ਮਿਲਿਆ ਕੈਦੀਆਂ ਨੂੰ ਵੱਧ ਤੋਂ ਵੱਧ ਜ਼ਰੂਰੀ ਸੁਣਿਆ ਲਈ ਵੀ ਅੱਖ ਦੇ پلਕਾਰੇ ਜਿੰਨਾ ਵਕਤ ਹੀ ਮਿਲਦਾ ਹੈ ਤੇ ਚੈਹ ਕਿਮਾਰਤ ਤੋਂ ਸਾਡੀ ਛੇਤੀ ਵਾਪਸੀ ਤੇ ਪੰਕ੍ਰਾਪਤਸ ਦੇ ਸੰਤਰੀਆਂ ਨੂੰ ਬਹੁਤੀ ਹੈਰਾਨੀ ਹੋਈ ਜਿਹੜਾ ਮੈਨੂੰ ਮੇਰੀ ਕੋਠੀ ਤੱਕ ਛੱਡਣ ਆਇਆ ਸੀ ਉਹਨੇ ਮੈਨੂੰ ਇੰਨਾ ਵਿਸ਼ਵਾਸ ਦਿਵਾਇਆ ਕਿ ਮੈਂ ਜੋ ਕੁਝ ਸੁਣਿਆ ਸੀ ਉਹਨੂੰ ਦੱਸ ਦਿੱਤਾ ਮੈਨੂੰ ਪਤਾ ਨਹੀਂ ਉਹ ਕੌਣ ਹੈ ਪਰ ਉਹਨੇ ਆਪਣਾ ਸਿਰ ਹਿਲਾਇਆ ਉਹਨੇ ਮਾਰਸ਼ਲ ਲਾ ਬਾਰੇ ਕੋਈ ਗਿਆਨ ਨਹੀਂ ਸੀ ਜਾਂ ਸ਼ਾਇਦ ਉਹਨੇ ਮੇਰਾ ਸਵਾਲ ਨਹੀਂ ਸੀ ਸੁਣਿਆ ਤਾਂ ਵੀ ਸ਼ਾਇਦ ਤੇ ਪੁੱਛ ਲੈਣ ਪਿੱਛੋਂ ਮੇਰਾ ਉਤਾਲਾ ਪਨ ਕੁਝ ਠੰਡਾ ਪੈ ਗਿਆ ਪਰ ਉਸ ਸ਼ਾਮ ਆਇਆ ਤੇ ਕੋਠੀ ਦੇ ਅੰਦਰ ਚਾ ਕੇ ਬੋਲਿਆ ਤੁਹਾਡੀ ਗੱਲ ਠੀਕ ਹੈ ਕਿਸੇ ਨੇ ਹਾਈਡਰਿਕ ਨੂੰ ਮਾਰਨ ਦਾ ਯਤਨ ਕੀਤਾ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਪਰਾਗਟ ਮਾਰਸ਼ ਲਾਲ ਲੱਗ ਗਿਆ ਅਗਲੇ ਦਿਨ ਉਹ ਸਾਨੂੰ ਹੋਰ ਪੁੱਛਗਿੱਛ ਕਰਨ ਤੇ ਕਟਾਪਾ ਚੜ੍ਹਨ ਲਈ ਲਿਜਾਣ ਵਾਸਤੇ ਏਠਾਂ ਬਰਾਂਡੇ 'ਚ ਕਤਾਰਾਂ 'ਚ ਖੜ੍ਹਾ ਕਰ ਲਿਆ ਸਾਡੇ ਚ ਸਾਥੀ ਵਿਕਟਰ ਸਿਨੇਕ ਵੀ ਹਨ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰਾਂ ਵਿੱਚੋਂ ਸਿਰਫ ਉਹੀ ਜਿਹਾਉਂਦੇ ਹਨ ਜੋ ਫਰਵਰੀ 1941 ਨੂੰ ਫੜੇ ਗਏ 나ਜ਼ੀ ਪੁਲਿਸ ਦੀ ਵਰਦੀ ਪਾਈ ਇੱਕ ਲੰਮੇ ਪਤਲੇ ਜੇਲ੍ਹ ਦੀ ਚਾਬੀ ਰੱਖਣ ਵਾਲੇ ਆਦਮੀ ਨੇ ਉਧੀਆਂ ਅੱਖਾਂ ਸਾਹਮਣੇ ਚਿੱਟੇ ਕਾਗਜ਼ ਦਾ ਟੁਕੜਾ ਹਲਾਇਆ ਜਿਸ ਉੱਤੇ ਮੋਟੇ ਅੱਖਰਾਂ ਚ ਛਪਿਆ ਸਾਫ਼ ਦਿਖਦਾ ਸੀ ਰਿਹਾਈ ਦਾ ਹੁਕਮ ਉਹ ਨਾਜ਼ੀ ਸਿਪਾਹੀ ਬੜਾ ਜ਼ਾਲਮਾਨਾ ਹੱਸਾ ਹੱਸ ਰਿਹਾ ਸੋ ਵੇਖਿਆ ਹੀ ਉਹ ਯੂਦੀ ਤੋਖੀਰ ਬਚੀ ਨਿਕਲਿਓ ਇਹ ਹੈ ਤੇਰੀ ਰਿਹਾਈ ਦਾ ਪਰਵਾਨਾ ਰਿਹਾਈ ਦਾ ਇਹਦੇ ਨਾਲ ਉਹ ਆਪਣੀ ਉਂਗਲ ਧੌਣ ਦਵਾਲੇ ਫੇਰਦਾ ਜਿਹਦਾ ਮਤਲਬ ਹੈ ਕਿ ਵਿਕਟਰ ਦੀ ਧੌਣ ਉਡਾ ਦਿੱਤੀ ਜਾਏਗੀ 1941 ਦੇ ਮਾਰਸ਼ਲ ਲੋ ਵੇਲੇ ਓਟੋ ਸਨੇਕ ਨੂੰ ਸਭ ਤੋਂ ਪਹਿਲਾਂ ਮਾਰਿਆ ਗਿਆ ਸੀ ਤੇ 1942 ਦੇ ਮਾਰਸ਼ਲ ਲਾਦਾ ਸਭ ਤੋਂ ਪਹਿਲਾ ਸ਼ਿਕਾਰ ਉਹਦਾ ਭਰਾ ਵਿਕਟਰ ਹੋਏਗਾ। ਉਹਨੂੰ ਮਾਉਥੋਜ਼ਨ ਲੈ ਜਾਂਦੇ ਹਨ ਉਹਨਾਂ ਦੀ ਵਿਸ਼ੇਸ਼ ਸ਼ਬਦਾਵਲੀ ਅਨੁਸਾਰ ਸਫਾਇਆ ਕਰਨ ਲਈ। ਪੰਕਰਾਟਸ ਤੋਂ ਪੇਚ ਹੈ ਕਿ ਮਾਰਤ ਦੇ ਵਾਪਸੀ ਦਾ ਰਾਹ ਹਜ਼ਾਰਾਂ ਕੈਦੀਆਂ ਵਾਸਤੇ ਰੋਜ਼ਾਨਾ ਸੂਲੀ ਦੇ ਸਮਾਨ ਹੋ ਗਿਆ। ਨਾਜ਼ੀ ਸੰਤਰੀ ਬਸੰਟ ਹਾਈਡ੍ਰਿਕ ਦਾ ਬਦਲਾ ਲੈਂਦੇ ਹਨ। ਅੱਧਾ ਮਿਲ ਜਾਣ ਤੋਂ ਪਹਿਲਾਂ ਹੀ ਦਰਜਨਾ ਕੈਦੀਆਂ ਦੇ ਮੂੰਹ ਪਿਸਤੋਲਾਂ ਦੇ ਕੁੰਦੇਮਾਰ ਮਾਰਕੀਟ ਲੋਹਾਨ ਕਰ ਦਿੰਦੇ ਹਨ ਜੋ ਲੋਕ ਮੇਰੇ ਨਾਲ ਹੁੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਘੱਟ ਮੁਸੀਬਤ ਸਹਿਣੀ ਪੈਂਦੀ ਹੈ ਕਿਉਂਕਿ ਮੇਰੀ ਦਾੜੀ ਬਹੁਤ ਸਾਰੇ ਮੁਖਾਲਿਆਂ ਦਾ ਕਾਰਨ ਬਣ ਜਾਂਦੀ ਹੈ ਇਸ ਤਰ੍ਹਾਂ ਮੇਰੇ ਦੂਸਰੇ ਹਮਸਫਰਾਂ ਨੂੰ ਕੁੱਟਣ ਲਈ ਉਹਨਾਂ ਕੋਲ ਬਹੁਤ ਘੱਟ ਵਕਤ ਬਚਦਾ ਹੈ ਤੇ ਜਦੋਂ ਕਾਰ ਹੱਚਕੋਲੇ ਖਾਂਦੀ ਹੋਈ ਚੱਲਦੀ ਹੈ ਤਾਂ ਮੇਰੀ ਦਾੜੀ ਨਾਲ ਹੀ ਉਹ ਲਮਕ ਜਾਂਦੇ ਹੈ ਜਿਵੇਂ ਕੋਈ ਸਹਾਰਾ ਲੈਣ ਲਈ ਕਾਰ ਚ ਵੱਧਰੀ ਟੰਗੀ ਹੋਵੇ ਇਹ ਉਹਨਾਂ ਦੀ ਬਹੁਤ ਪਿਆਰੀ ਖੇਡ ਹੈ ਪੁੱਛ ਗਏ ਚਲੀਏ ਮੇਰੀ ਚੰਗੀ ਤਿਆਰੀ ਹੈ ਜੋ ਸਿਆਸੀ ਹਾਲਾਤ ਅਨੁਸਾਰ ਬਦਲਦੀ ਰਹਿੰਦੀ ਹੈ ਅੰਤ ਵਿੱਚ ਮੁੱਕਦੀ ਸਦਾ ਹੀ ਇਸ ਤਰ੍ਹਾਂ ਜੇ ਕੱਲ ਤੱਕ ਤੂੰ ਅਕਲ ਨਾ ਕੀਤੀ ਤਾਂ ਤੈਨੂੰ ਗੋਲੀ ਮਾਰਤੀ ਜਾਏਗੀ ਪਰ ਇਹਦੇ ਵਿੱਚ ਹੁਣ ਕੁਝ ਵੀ ਡਰਾਉਣਾ ਨਹੀਂ ਰਿਹਾ ਹਰ ਰੋਜ਼ ਸ਼ਾਮ ਨੂੰ ਵਰਾਂਡੇ 'ਚ ਨਾਲ ਬੋਲੇ ਜਾਂਦੇ ਸੁਣਿੰਦੇ ਹਨ ਇੱਕ ਪਲ 'ਚ 50 100 200 ਲੋਕਾਂ ਦੇ ਹੱਥ ਪੈਰ ਜੂੜ ਕੇ ਮੋਟਰਾਂ 'ਚ ਰੱਖਿਆ ਜਾਏਗਾ 부ਚੜਖਾਨੇ ਦੇ ਡੰਗਰਾ ਵਾਂਗ ਇਕੱਠਿਆ ਮਾਰ ਦੇਣ ਲਈ ਕੋ ਬੀਲੀ ਸੀ ਲਜਾਇਆ ਜਾਏਗਾ ਤੇ ਉਹਨਾਂ ਦੇ ਵਿਰੁੱਧ ਇਲਜ਼ਾਮ ਕੀ ਹੈ ਪਹਿਲੀ ਗੱਲ ਇਹ ਕਿ ਉਹਨਾਂ ਉੱਪਰੋਂ ਕੋਈ ਸਬੂਤ ਨਹੀਂ ਮਿਲ ਸਕਿਆ ਉਹ ਗ੍ਰਿਫਤਾਰ ਕੀਤੇ ਗਏ ਸਨ ਕਿਸੇ ਵੱਡੇ ਮਾਮਲੇ ਨਾਲ ਉਹਨਾਂ ਦਾ ਸਬੰਧ ਨਹੀਂ ਜੁੜ ਸਕਿਆ ਉਹ ਹੁਣ ਹੋਰ ਪੁੱਛ ਪੜਤਾਲ ਲਈ ਬੇਲੋੜੇ ਹਨ ਇਸ ਲਈ ਉਹਨਾਂ ਨੂੰ ਗੋਲੀ ਮਾਰਨ ਲਈ ਵਰਤਿਆ ਜਾ ਸਕਦਾ ਹੈ ਲੁਕਵੀ ਢੰਗ ਨਾਲ ਚੋਟ ਕਰਦਾ ਇੱਕ ਗੀਤ ਇੱਕ ਸਾਥੀ ਨੇ ਦੂਜੇ ਸਾਥੀ ਨੂੰ ਸੁਣਾਇਆ ਇਸ ਕਰਕੇ ਉਹਨਾਂ ਨੂੰ ਹਾਰ ਹਾਰਿਡ੍ਰਿਕ ਦੇ ਹਮਲੇ ਤੋਂ 2 ਮਹੀਨੇ ਪਹਿਲਾਂ ਫੜ ਲਿਆ ਗਿਆ ਸੀ ਕੋਨੋ ਹਾਈਡ੍ਰਿਕ ਦੇ ਕਤਲਕਾਰਾਂ ਦੇ ਇਲਜ਼ਾਮ ਵਿੱਚ ਕੋਠੇ ਲੱਗੇ ਹੋਏ ਹਨ ਇੱਕ ਔਰਤ ਨੂੰ 6 ਮਹੀਨੇ ਪਹਿਲਾਂ ਖੁਫੀਆ ਪਰਚੇ ਵੰਡਣ ਦੇ ਸ਼ੱਕ 'ਚ ਫੜਿਆ ਗਿਆ ਉਹਨੇ ਕਦੇ ਇਹਦਾ ਇਕਬਾਲ ਨਹੀਂ ਕੀਤਾ ਤੇ ਨਾ ਹੀ ਉਹਨਾਂ ਕੋਲ ਇਹਦਾ ਕੋਈ ਸਬੂਤ ਹੈ ਇੱਥੇ ਬਸ ਨਹੀਂ ਉਹਦੇ ਭਰਾ ਤੇ ਭੈਣਾਂ ਪਰਜਾਈਆਂ ਤੇ ਭਨਵਈਏ ਵੀ ਫੜੇ ਹਨ ਉਹਨਾਂ ਸਾਰਿਆਂ ਨੂੰ ਛੇਤੀ ਮਾਰ ਮੁਕਾਇਆ ਜਾਏਗਾ ਕਿਉਂਕਿ ਸ਼ੱਕੀ ਲੋਕਾਂ ਦੇ ਸਮੁੱਚੇ ਪਰਿਵਾਰਾਂ ਦਾ ਖੁਰਾਕੋਜ ਮਿਟਾਉਣਾ ਹੀ ਇਸ ਮਾਰਸ਼ਲ ਦਾ ਨਿਸ਼ਾਨਾ ਹੈ ਦਾਕਖਾਨੇ ਦੇ ਇੱਕ ਮੁਲਾਜ਼ਮ ਨੂੰ ਗਲਤੀ ਨਾਲ ਫੜ ਲਿਆ ਗਿਆ ਉਹ ੇਠਾਂ ਵਰਾਂਡੇ 'ਚ ਰਿਹਾਈ ਦੀ ਉਡੀਕ 'ਚ ਖੜਾ ਹੈ ਉਹਦਾ ਨਾਂ ਬੋਲਿਆ ਜਾਂਦਾ ਸੁਣਦਾ ਤੇ ਉਹਨੂੰ ਵੀ ਮੌਤ ਦੀ ਸਜ਼ਾ ਵਾਲਿਆਂ ਦੀ ਕਤਾਰ 'ਚ ਧੱਕੇ ਦਿੰਦੇ ਗੱਡੀ 'ਚ ਚਾੜ ਕੇ ਲੈ ਜਾਂਦੇ ਹਨ ਤੇ ਗੋਲੀ ਮਾਰ ਦਿੰਦੇ ਹਨ ਅਗਲੇ ਦਿਨ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗਲਤੀ ਹੋ ਗਈ ਇਸ ਨਾਂ ਦੇ ਕਿਸੇ ਹੋਰ ਨੂੰ ਮਾਰਨਾ ਸੀ ਉਹ ਤਾਂ ਭੁਲੇਖੇ ਨਾਲ ਹੀ ਮਾਰਿਆ ਗਿਆ ਉਹਦੇ ਸਿਰਨਾਵੀ ਆਦਮੀ ਨੂੰ ਗੋਲੀ ਮਾਰ ਦਿੰਦੇ ਹਨ ਤੇ ਸਭ ਕੁਝ ਠੀਕ ਠਾਕ ਹੋ ਜਾਂਦਾ ਹੈ ਇਨਾ ਵਕਤ ਕਿਸ ਕੋਲ ਹੈ ਜੋ ਪੱਕਾ ਪਤਾ ਕਰ ਲੈ ਕਿ ਸਜ਼ਾ ਪਾ ਚੁੱਕੇ ਲੋਕਾਂ ਨੂੰ ਹੀ ਗੋਲੀ ਮਾਰੀ ਜਾ ਰਹੀ ਹੈ ਤੇ ਇਹਦਾ ਫਾਇਦਾ ਵੀ ਕੀ ਹੈ ਜਦੋਂ ਉਹਨਾਂ ਦਾ ਮਨੋਰਥ ਸਾਰੀ ਕੌਮ ਨੂੰ ਮਾਰ ਮੁਕਾਉਣਾ ਹੈ ਉਸ ਰਾਤ ਮੈਂ ਆਪਣੀ ਪੇਸ਼ੀ ਤੋਂ ਬੜੀ ਦੇਰ ਨਾਲ ਪਰਤਿਆ ਸੀ ਕੰਧ ਨਾਲ ਬੁਲਾਦੀ ਮੀਰ ਵੰਚੂਰਾ ਚੱਕ ਬੋਲੀ ਦਾ ਬੜਾ ਹੋਣ ਹਰ ਨਾਵਲਕਰ ਖੜਾ ਸੀ ਉਹਦੀਆਂ ਚੀਜ਼ਾਂ ਦਾ ਇੱਕ ਛੋਟਾ ਜਿਹਾ ਬੰਡਲ ਉਹਦੇ ਪੈਰਾਂ ਕੋਲ ਪਿਆ ਸੀ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹਦਾ ਕੀ ਮਤਲਬ ਹੈ ਉਹਨੂੰ ਵੀ ਪਤਾ ਹੈ ਪਾਲ ਪਰ ਲਈ ਅਸੀਂ ਇੱਕ ਦੂਜੇ ਦਾ ਹੱਥ ਘੁੱਟ ਕੇ ਫੜ ਲੈਨੇ ਆ ਮੈਨੂੰ ਵਰਾਂਡੇ 'ਚ ਅਜੇ ਵੀ ਉਹ ਖੜਾ ਦਿਖਾਈ ਦੇ ਰਿਹਾ ਥੋੜੀ ਜਿਹੀ ਨੀਵੀਂ ਪਾਈ ਅੱਖਾਂ ਉਹਦੀਆਂ ਦੂਰ ਸਾਡੇ ਜੀਵਨ ਤੋਂ ਬਹੁਤ ਦੂਰੇਡੇ ਤੱਕ ਰਹੀਆਂ ਨੇ ਅੱਧੇ ਘੰਟੇ ਵਿੱਚ ਉਹਨਾ ਉਹਦਾ ਨਾਂ ਵੀ ਬੋਲਿਆ ਕੁਝ ਦਿਨਾਂ ਪਿੱਛੋਂ ਮਲੇਸ਼ ਕ੍ਰਾਂਸਨੀ ਇਨਕਲਾਬ ਦਾ ਬਹਾਦਰ ਸੂਰਮਾ ਉਸੇ ਕੰਧ ਨਾਲ ਖੜਾ ਸੀ ਉਹ ਪਿਛਲੇ ਸਾਲ ਅਕਤੂਬਰ 'ਚ ਫੜਿਆ ਗਿਆ ਸੀ ਤਸੀਹੇ ਜਾਂ ਕੱਲ ਦੀ ਸਜ਼ਾ ਚੋਂ ਰਤਾ ਨਹੀਂ ਸੀ ਡੋਲਿਆ ਕੰਧ ਵੱਲ ਉਹਦਾ ਘੂਮਿਆ ਹੋਇਆ ਆਪਣੇ ਪਿੱਛੇ ਖੜੇ ਸੰਤਰੀ ਨੂੰ ਬੜੀ ਧੀਰਜ ਨਾਲ ਕੁਝ ਸਮਝਾ ਰਿਹਾ ਸੀ ਉਹ ਅਚਾਨਕ ਮੈਨੂੰ ਵੇਖ ਲੈਂਦਾ ਹੈ ਮੁਸਕਰਾਉਂਦਾ ਹੈ ਹੱਥੇ ਲਾ ਕੇ ਮੈਨੂੰ ਅਲਵਿਦਾ ਕਹਿੰਦਾ ਤੇ ਸੰਤਰੀ ਨਾਲ ਗੱਲਾਂ ਕਰਦਾ ਰਹਿੰਦਾ ਇਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋ ਸਕਦਾ ਸਾਡੇ ਚ ਹੋਰ ਬਹੁਤ ਸਾਰਿਆਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪੈਣਗੀਆਂ ਪਰ ਅਖੀਰੀ ਹਾਰ ਤੁਹਾਡੀ ਹੋਏਗੀ ਇਸੇ ਤਰ੍ਹਾਂ ਇੱਕ ਦੁਪਹਿਰ ਨੂੰ ਅਸੀਂ ਪਿਛੈ ਕ ਇਮਾਰਤ ਥੇ ਠਾਂ ਖੜੇ ਰੋਟੀ ਨੂੰ ਡਿਕ ਰਹੇ ਸੀ ਉਹ ਇਲਿਆਸ਼ ਨੂੰ ਲਿਆਏ ਜਿਸ ਨੇ ਕੱਟ ਵਿੱਚ ਅਖਬਾਰ ਦਿੱਤੀ ਹੋਈ ਸੀ ਉਨੇ ਇਸਵਲ ਸਹਨਤ ਕੀਤੀ ਤੇ ਮੁਸਕਰਾਇਆ ਕਿਉਂਕਿ ਉਹਨੇ ਹੁਣੇ ਹੀ ਪੜਿਆ ਸੀ ਕਿ ਸਾਬਤ ਹੋ ਗਿਆ ਹੈ ਕਿ ਹਾਈਡਰਿਕ ਦੇ ਕਤਲ ਨਾਲ ਉਹਦਾ ਵੀ ਸਬੰਧ ਹੈ ਭਾਵੇਂ ਕਿ ਪਿਛਲੇ 8 ਮਹੀਨੇ ਤੋ ਜੇਲ੍ਹ ਚ ਸੀ ਬਕਵਾਸ ਉਹਨੇ ਕਿਆ ਤੇ ਖਾਣਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਸਾਡੇ ਨਾਲ ਪੰਕਰਤ ਸਵਲ ਪਰਤਦੇ ਆ ਵੀ ਉਸ ਗੱਲ ਦਾ ਜ਼ਿਕਰ ਮੁਖੌਲ ਵਜੋਂ ਕਰਦਾ ਰਿਹਾ ਪਰ ਇੱਕ ਘੰਟੇ ਪਿੱਛੋਂ ਉਹਨੂੰ ਕੋਠੀ ਚੋਂ ਕੱਢ ਕੇ ਕੋਬੀ ਲस्सीਵਲ ਲੈ ਗਏ ਲਾਸ਼ਾਂ ਦਾ ਢੇਰ ਵੱਧਦਾ ਜਾ ਰਿਹਾ ਸੀ ਹੁਣ ਉਹ ਦਹਾਕਿਆਂ ਦਾ ਸੈਂਕੜੇਾਂ ਚ ਨਹੀਂ ਸਨ ਗਿਣਦੇ ਸਗੋਂ ਹਜ਼ਾਰਾਂ ਚ ਗਿਣਦੇ ਸਨ ਉਧਰ ਸੱਜਰੇ ਲਹੂ ਦੀ ਵਾਸ਼ਨਾ ਜਨੌਰਾਂ ਦੀਆਂ ਨਾਸਾਂ ਨੂੰ ਜਲੂਨ ਰਹੀ ਸੀ ਉਹ देर रात ਗਈ ਤੱਕ ਤੇ ਐਤਵਾਰਾਂ ਨੂੰ ਵੀ ਕੰਮ ਕਰਦੇ ਰਹਿੰਦੇ ਉਹ ਸਾਰੇ ਹੁਣ ਆਪਣੀਆਂ ਨਾਜ਼ੀ ਵਰਦੀਆਂ ਪਾਈ ਰੱਖਦੇ ਕਿਉਂਕਿ ਇਹ ਉਹਨਾਂ ਦਾ ਜਸ਼ਨ ਸੀ ਕਤਲ ਦਾ ਤਿਹਾਰ ਉਹ ਮਜ਼ਦੂਰਾਂ ਅਧਿਆਪਕਾਂ ਕਿਸਾਨਾਂ ਲੇਖਕਾਂ ਤੇ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ ਉਹ ਆਦਮੀ ਔਰਤਾਂ ਤੇ ਬੱਚਿਆਂ ਨੂੰ ਕਤਲ ਕਰ ਰਹੇ ਸਨ ਸਮੁੱਚੇ ਟੱਬਰਾਂ ਦੇ ਸਮੁੱਚੇ ਵਿੰਡਾਂ ਨੂੰ ਸਾੜ ਕੇ ਫਨਾਹ ਕਰ ਰਹੇ ਸਨ ਮੌਤ ਪਲੇਗ ਵਾਂਗ ਦੇਸ਼ ਤੇ ਮੰਡਰਾ ਰਹੀ ਸੀ ਤੇ ਆਪਣੇ ਹੱਥੀ ਮਾਰਨ ਵਾਲਿਆਂ ਵਿੱਚ ਕੋਈ ਵਿਤਕਰਾ ਨਹੀਂ ਸੀ ਕਰਦੇ ਪਰ ਇਹ ਸਾੜ ਸਤੀ ਵਿੱਚ ਵੀ ਲੋਕ ਜਿਉਂਦੇ ਰਹੇ ਸਨ ਭਾਵੇਂ ਵਿਸ਼ਵਾਸ ਯੋਗ ਨਹੀਂ ਹੈ ਪਰ ਹੁਣ ਵੀ ਲੋਕ ਜਿਉਂਦੇ ਨੇ ਖਾਂਦੇ ਨੇ ਸੌਂਦੇ ਨੇ ਪਿਆਰ ਕਰਦੇ ਨੇ ਕੰਮ ਕਰਦੇ ਨੇ ਅਜਿਹੇ ਹਜ਼ਾਰਾਂ ਚੀਜ਼ਾਂ ਬਾਰੇ ਸੋਚਦੇ ਹਨ ਜਿਨ੍ਹਾਂ ਦਾ ਮੌਤ ਨਾਲ ਕੋਈ ਵਾਸਤਾ ਨਹੀਂ। ਉਹਨਾਂ ਦੇ ਮਨਾਂ ਦੇ ਪਿਛਵਾੜੇ ਇੱਕ ਬੜਾ ਤਿੱਖਾ ਤਣਾਅ ਹੈ ਪਰ ਉਹ ਇਹਨੂੰ ਜਰੀ ਜਾਂਦੇ ਨੇ। ਨਾ ਉਹ ਆਪਣਾ ਸਿਰ ਝੁਕਾਉਂਦੇ ਨੇ ਤੇ ਨਾ ਹੀ ਇਸ ਤਣਾਅ ਹੇਠ ਦੱਬੇ ਜਾਂਦੇ ਨੇ। ਮਾਰਸ਼ਲ ਆ ਦੇ ਦੌਰਾਨ ਮੇਰਾ ਅਫਸਰ ਮੈਨੂੰ ਬਾਰਨਿਕ ਲੈ ਗਿਆ ਸੀ। ਸੋਨਾ ਜੂਨ ਦਾ ਮਹੀਨਾ ਫੁੱਲਾਂ ਦੀ ਮਹਿਕ ਨਾਲ ਭਰਿਆ ਪਿਆ ਸੀ। ਐਤਵਾਰ ਦੀ ਸ਼ਾਮ ਤੇ ਸੜਕ ਮੋਟਰਾਂ ਲਈ ਛੱਡੀ ਥਾਂ ਤੋਂ ਬਾਅਦ ਇੰਨੀ ਮੋਕਲ ਨਹੀਂ ਸੀ ਕਿ ਸੈਰ ਤੋਂ ਪਰਤਦਿਆਂ ਦੇ ਹੜ ਨੂੰ ਸੰਭਾਲ ਸਕਦੇ ਉਹ ਸਾਰੇ ਖੁਸ਼ ਸੰਤ ਤੇ ਰੌਲਾ ਪਾ ਰਹੇ ਸਨ ਉਹ ਸਾਰਾ ਦਿਨ ਸੂਰਜ ਦੇ ਪਾਣੀ ਦੀ ਗਲਵਕੜੀ ਤੇ ਆਪਣੇ ਪਿਆਰਿਆਂ ਦੀਆਂ ਬਾਹਾਂ 'ਚ ਗੁਜ਼ਾਰ ਕੇ ਇੱਕ ਨਸ਼ਿਆਵੀ ਥਕਾਵਟ ਮਹਿਸੂਸ ਕਰ ਰਹੇ ਸਨ ਸਿਰਫ ਮੌਤ ਹੀ ਉਹਨਾਂ ਦੇ ਚਿਹਰਿਆਂ ਤੇ ਨਹੀਂ ਸੀ ਦਿਸਦੀ ਭਾਵੇਂ ਮੌਤ ਉਹਨਾਂ ਨਾਲ ਖਹਿ ਕੇ ਲੰਘ ਰਹੀ ਸੀ ਤੇ ਲੰਘਦਿਆਂ ਵਿੱਚੋਂ ਕਿਸੇ ਤੇ ਨਿਸ਼ਾਨਾ ਬੰਨ੍ਹ ਲੈਂਦੀ ਸੀ ਉਹ ਸਿਆਹ ਵਾਂਗ ਉੱਛਲਦੇ ਤੇ ਡਿੱਗਦੇ ਸਨ ਤੇ ਉਹਨਾਂ ਵਾਂਗ ਚਤਰ ਸਨ ਸਿਆਹ ਵਾਂਗ ਜਾਓ ਤੇ ਇਹਨਾਂ ਵਿੱਚੋਂ ਖਾਣੇ ਲਈ ਇੱਕ ਫੜ ਲਿਓ ਇਕ ਪਲ ਲਈ ਉਹ ਇੱਕ ਨੁਕਰੇ ਸਿਮਟ ਕੇ ਖਲੋ ਜਾਂਦੇ ਹਨ ਫਿਰ ਜਲਦੀ ਇੱਧਰ ਉੱਧਰ ਨਸਣ ਲੱਗ ਪੈਂਦੇ ਹਨ ਆਪਣੀਆਂ ਖੁਸ਼ੀਆਂ ਤੇ ਉਦਾਸੀਆਂ ਨਾਲ ਧੜਕਦੇ ਜ਼ਿੰਦਗੀ ਦੇ ਆਨੰਦ ਨਾਲ ਭਰਪੂਰ ਮੈਨੂੰ ਅਚਾਨਕ ਜੇਲ੍ਹ ਦੀਆਂ ਕੰਧਾਂ ਵਿਚਲੇ ਜੀਵਨ ਚ ਮਨੁੱਖਤਾ ਦੇ ਸਭ ਭਰਵੇਂਦੇ ਝਰਨੇ ਚ ਲਿਆਂਦਾ ਗਿਆ ਸੀ ਤੇ ਇਹਦੀ ਮਿੱਠੀ ਖੀਵੀ ਖੁਸ਼ੀ ਮੈਨੂੰ ਕੌੜੀ ਲੱਗੀ ਇਸ ਤਰ੍ਹਾਂ ਨਹੀਂ ਸੀ ਲੱਗਣੀ ਚਾਹੀਦੀ ਜਿੱਥੋਂ ਮੈਂ ਆਇਆ ਉਹੀ ਜੀਵਨ ਹੈ ਜੀਵਨ ਤੇ ਭਾਵੇਂ ਜਿੰਨਾ ਮਰਜ਼ੀ ਭਿਆਨਕ ਦਬਾਅ ਪਾਇਆ ਜਾਏ ਇਹ ਨਾਸ ਨਹੀਂ ਹੋ ਸਕਦਾ ਇਹਨੂੰ ਇੱਕ ਥਾਂ ਤੋਂ ਦਬਾਇਆ ਜਾ ਸਕਦਾ ਪਰ ਇਹ ਸੈਂਕੜੇ ਦੂਜੇ ਥਾਵਾਂ ਤੋਂ ਫੁੱਟ ਪੈਂਦਾ ਇਹ ਜੀਵਨ ਹੈ ਤੇ ਮੌਤ ਤੇ ਸਦਾ ਭਾਰੂ ਰਹਿੰਦਾ ਹੈ ਕਿ ਇਹ ਕੌੜਾ ਲੱਗਣਾ ਚਾਹੀਦਾ ਤੇ ਅਸੀਂ ਕੋਠੜੀਆਂ ਵਿੱਚ ਐਨ ਨਰਕੀ ਤਸੀਆਂ ਵਿੱਚਕਾਰ ਆ ਕਿ ਅਸੀਂ ਆਪਣੇ ਕੌਮ ਨਾਲੋਂ ਕਿਸੇ ਵੱਖਰੀ ਮਿੱਟੀ ਦੇ ਬਣੇ ਹੋਏ ਹਾਂ ਕਦੇ ਕਦੇ ਮੈਂ ਪੇਸ਼ੀ ਲਈ ਉਸ ਪੁਲਿਸ ਕਾਰ ਚ ਜਾਣਾ ਜਿਹਦੇ ਸੰਤਰੀ ਦਾ ਵਤੀਰਾ ਕਾਫੀ ਚੰਗਾ ਸੀ ਮੈਂ ਬਾਰੀ ਵਿੱਚੋਂ ਬਾਹਰ ਸੜਕ ਤੇ ਦੁਕਾਨਾਂ ਦੀਆਂ ਸਜੀਆਂ ਪ੍ਰਦਰਸ਼ਨ ਬਾਰੀਆਂ ਤੇ ਫੁੱਟਦਾਨਾਂ ਤੇ ਰਾਜ ਚੱਲਦੀ ਭੀੜ ਤੇ ਔਰਤਾਂ ਤੇ ਨਜ਼ਰ ਮਾਰ ਸਕਦਾ ਸੀ ਇੱਕ ਵਾਰ ਮੈਂ ਸੋਚਿਆ ਜਿਸ ਦਿਨ ਮੈਂ ਲੱਤਾਂ ਦੇ 9 ਸੋਨੇ ਜੋੜੇ ਤੱਕ ਲਵਾਵਾਂਗਾ ਉਸ ਦਿਨ ਮੈਨੂੰ ਫਾਂਸੀ ਨਹੀਂ ਲੱਗੇਗੀ ਫਿਰ ਮੈਂ ਇਹਨਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਹਨਾਂ ਦੀਆਂ ਉਂਗਲੀਆਂ ਨੂੰ ਚੰਗੀ ਤਰ੍ਹਾਂ ਜਾਂਚਣਾ ਸ਼ੁਰੂ ਕੀਤਾ ਉਹਨਾਂ 'ਚੋਂ ਸੋਹਣੀਆਂ ਤੇ ਕੁੱਝੀਆਂ ਨੂੰ ਚੁਣਦਾ ਤੇ ਰੱਦ ਕਰਦਾ ਰਿਹਾ ਮੈਂ ਵੀ ਭੁੱਲ ਗਿਆ ਕਿ ਮੈਂ ਆਪਣਾ ਆਪਣੇ ਜੀਵਨ ਤੰਦ ਇਹਨਾਂ ਤੇ ਆਧਾਰਿਤ ਕੀਤੀ ਹੋਈ ਹੈ ਤੇ ਇਹ ਜੇਕਰ ਕੁਝ ਗੁਲਾਈਆਂ ਦਾ ਹੀ ਮਾਮਲਾ ਸੀ ਤੇ ਇੱਕ ਜ਼ਿੰਦਗੀ ਤਾਂ ਨਹੀਂ ਉਹ ਅਕਸਰ ਮੈਨੂੰ ਵਾਪਸ ਕੋਠੀ 'ਚ ਬੜੀ ਦੇਰ ਨਾਲ ਲਿਆਉਂਦੇ ਬਾਪੂ ਤੇ ਸ਼ੈਕ ਨੂੰ ਹਰ ਵੇਲੇ ਫਿਕਰ ਲੱਗਾ ਰਹਿੰਦਾ ਸੀ ਕਿ ਉਹ ਮੈਨੂੰ ਵਾਪਸ ਲਿਆਉਣਗੇ ਵੀ ਕਿ ਨਹੀਂ ਉਹ ਪਰਤ ਦੇ ਮੈਨੂੰ ਗਲੇ ਲਾ ਲੈਂਦਾ ਮੈਂ ਜਿੰਨੀਆਂ ਖਬਰਾਂ ਸੁਣੀਆਂ ਹੁੰਦੀਆਂ ਉਹਨੂੰ ਸੁਣਾ ਦਿੰਦਾ ਕਿ ਪਿਛਲੀ ਰਾਤ ਕੋ ਬੀਲੀ ਸੀ ਵਿਖੇ ਕੌਣ ਮਾਰਿਆ ਗਿਆ ਸੀ ਫਿਰ ਅਸੀਂ ਭੁੱਖ ਦੇ ਮਾਰੇ ਸੁੱਕੀਆਂ ਸਬਜ਼ੀਆਂ ਦਾ ਰੱਦੀ ਜੈ ਅਮਲੀ ਦਾ ਖਾਣ ਬੈਹ ਜਾਂਦੇ ਅਸੀਂ ਕੋਈ ਖੁਸ਼ੀ ਭਰਿਆ ਗੀਤ ਗਾਉਂਦੇ ਤੇ ਜੇ ਗੁੱਸੇ ਵਿੱਚ ਜਾਂ ਦੁਖੀ ਹੁੰਦੇ ਤਾਂ ਥੋੜੇ ਚੱਲੀ ਆਪਣਾ ਧਿਆਨ ਹੋਰ ਪਾਸੇ ਕਰਨ ਲਈ ਕੋਈ ਖੇਡ ਖੇਡਣ ਲੱਗ ਪੈਂਦੇ। ਸ਼ਾਮ ਦਾ ਵਕਤ ਅਸੀਂ ਇਸੇ ਤਰ੍ਹਾਂ ਹੀ ਲੰਘਾਇਆ ਕਰਦੇ ਸੀ। ਉਸ ਵੇਲੇ ਕਿਸੇ ਵੀ ਪਲ ਕੋਠੇ ਦਾ ਦਰਵਾਜ਼ਾ ਖੁੱਲ੍ਹ ਸਕਦਾ ਸੀ ਤੇ ਸਾਡੇ ਦੋਵਾਂ ਵਿੱਚੋਂ ਇੱਕ ਦੀ ਮੌਤ ਦਾ ਪਰਵਾਨਾ ਆ ਸਕਦਾ ਸੀ। ਤੂੰ ਜਾਂ ਤੂੰ ਉਤਰ ਆਪਣੇ ਨਾਲ ਸਭ ਕੁਝ ਲੈੰਦਾ ਹੋਵੇਂ ਛੇਤੀ ਕਰ। ਪਰ ਉਹਨਾਂ ਦਿਨਾਂ 'ਚ ਸਾਡੇ ਵਿੱਚੋਂ ਕਿਸੇ ਨੂੰ ਵੀ ਨਾਂ ਬੁਲਾਇਆ ਗਿਆ। ਇਨਾ ਅੰਤਾਂ ਦੇ ਡਰਾਉਣੇ ਦਿਨਾਂ ਚ ਅਸੀਂ ਬਚੇ ਰਹੇ ਹੁਣ ਅਸੀਂ ਇਸ ਸਬੰਧੀ ਆਪਣੇ ਅਹਿਸਾਸ ਬਾਰੇ ਵੀ ਹੈਰਾਨ ਹੋ ਕੇ ਸੋਚਦੇ ਹਾਂ ਲੋਕ ਕਿੰਨੇ ਅਨੋਖੀ ਤਰ੍ਹਾਂ ਦੇ ਬਣੇ ਹੋਏ ਹਨ ਅਸੀਂ ਅਸਹਿ ਹਾਲਤਾਂ ਨੂੰ ਵੀ ਸਹਿ ਲੈਨੇ ਹ ਅਜੇ ਵੇਲੇਆਂ ਦੇ ਡੂੰਘੇ ਅਸਰ ਨੂੰ ਆਪਣੇ ਜੀਵਨ ਤੇ ਪੈਣੋਂ ਬਚਾ ਸਕਣਾ ਅਸੰਭਵ ਹੈ ਇਹ ਅਸਰ ਸਾਡੇ ਦਿਮਾਗ ਦੀ ਛਿੱਲੀ ਹੇਠਾਂ ਛੋਟੀਆਂ-ਛੋਟੀਆਂ ਫਿਲਮਾਂ ਚ ਲਪੇਟਿਆ ਹੋਇਆ ਪਿਆ ਰਹਿੰਦਾ ਹੈ ਜ਼ਿੰਦਗੀ ਚ ਕਦੇ بڑے ਚਿਰਾਂ ਪਿੱਛੋਂ ਜੇ ਅਸੀਂ ਉਹਨਾਂ ਚਿਰ ਜਿਉਂਦੇ ਰਹੇ ਸ਼ੁਦਾ ਦੀ ਸ਼ਕਲ ਚ ਉੱਗੜਾ ਹੁੰਦਾ ਹੈ ਜਾਂ ਸ਼ਾਇਦ ਇਹ ਪਿੱਛੋ ਵੱਡੇ ਵੱਡੇ ਕਬਰਸਤਾਨਾਂ ਦੀ ਸ਼ਕਲ ਚ ਉੱਗੜੇ ਜਾਂ ਜੈ ਹਰੇ ਭਰੇ ਬਾਗਾਂ ਦੇ ਰੂਪ ਚ ਉੱਗੜੇ ਜਿਨ੍ਹਾਂ ਵਾਸਤੇ ਮਨੁੱਖੀ ਜੀਵਨ ਦੇ ਸਭ ਤੋਂ ਵੱਡ ਮੁੱਲੇ ਬੀਜ ਬੀਜੇ ਗਏ ਸਭ ਤੋਂ ਵੱਡ ਮੁੱਲੇ ਬੀਜ ਇਹਨਾਂ ਤੋਂ ਇੱਕ ਦਿਨ ਪੁੰਗਾਰ ਫੁੱਟੇਗੀ ਤੇ ਜ਼ਿੰਦਗੀ ਨਸਰੇਗੀ ਕਾਂਡ 8th ਇਤਿਹਾਸ ਦਾ ਇੱਕ ਟੁਕੜਾ ਜੂਨ 9 1943 ਮੇਰੀ ਕੋਠੀ ਸਾਹਮਣੇ ਇੱਕ ਪੇਟੀ ਲੰਮਕ ਰਹੀ ਹੈ ਮੇਰੀ ਆਪਣੀ ਬੇਟੀ ਇਸ ਗੱਲ ਦੀ ਸੂਚਕ ਹੈ ਕਿ ਛੇਤੀ ਮੈਨੂੰ ਬਾਹਰ ਲਜਾਇਆ ਜਾਏਗਾ ਕਿਸੇ ਵੇਲੇ ਉਹ ਰਾਤ ਨੂੰ ਮੈਨੂੰ ਮੁਕਦਮੇ ਵਾਸਤੇ ਜਰਮਨੀ ਲੈ ਜਾਣਗੇ ਤੇ ਬਸ ਮੇਰੀ ਜ਼ਿੰਦਗੀ ਦੇ ਅਖੀਰਲੇ ਟੁਕੜੇ ਵਿੱਚੋਂ ਸਮਾਂ ਅੰਤਿਮ ਬੁਰਕੀ ਭੰਨ ਰਿਹਾ ਹੈ ਪੰਕਰਾਤਸ ਜੇਲ੍ਹ ਵਿੱਚਲੇ 411 ਦਿਨ ਬੜੇ ਅਚੰਬੇ ਭਰੀ ਕਾਲ ਨਾਲ ਲੰਘ ਗਏ ਹਨ ਕਿੰਨੇ ਦਿਨ ਹੋਰ ਰਹਿੰਦੇ ਨੇ ਕਿਹੋ ਜਿਹੇ ਦਿਨ ਮੈਂ ਕਿੱਥੇ ਬਿਤਾਵਾਂਗਾ ਇਹ ਦਿਨ ਹੋਰ ਕਿਤੇ ਮੈਨੂੰ ਲਿਖਣ ਦਾ ਮੌਕਾ ਨਹੀਂ ਮਿਲਣ ਲੱਗਾ ਇਸ ਲਈ ਇਹ ਮੇਰਾ ਆਖਰੀ ਬਿਆਨ ਹੈ ਇਹ ਉਸ ਇਤਿਹਾਸ ਦਾ ਟੁਕੜਾ ਜਾਪਦਾ ਹੈ ਜਿਹਦਾ ਮੈਂ ਹੀ ਆਖਰੀ ਜਿਉਂਦਾ ਗਵਾਹ ਹਾਂ ਫਰਵਰੀ 1941 ਚ ਉਹਨਾਂ ਨੇ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ ਦੀ ਸਾਰੀ ਕੇਂਦਰੀ ਕਮੇਟੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਆਗੂਆਂ ਦੀ ਉਹ ਦੂਜੀ ਕਤਾਰ ਵੀ ਜਿਨੇ ਸਾਡੇ ਪਿੱਛੋਂ ਕੰਮ ਸੰਭਾਲਣਾ ਸੀ ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਸਾਡੇ ਸਾਰਿਆਂ ਉਤੇ ਐਡਾ ਸਖਤ वार ਕਿਵੇਂ ਹੋ ਸਕਿਆ ਸ਼ਾਇਦ ਇਹਦਾ ਭੇਤ ਇੱਕ ਦਿਨ ਖੁੱਲ ਜਾਏਗਾ ਜਦੋਂ ਗੈਸਟ ਆਪੋ ਦੇ ਅਫਸਰਾਂ ਨੂੰ ਫੜ ਕੇ ਬਕਾਇਆ ਜਾਏਗਾ ਪੇਚ ਐਕ ਇਮਾਰਤ ਵਿੱਚ ਮੈਂ ਲੰਬੜਦਾਰ ਬਣ ਕੇ ਇਹ ਗੱਲ ਜਾਣਨ ਦਾ ਸਫਲiyetਨ ਕੀਤਾ ਸੀ ਯਕੀਨੀ ਤੌਰ ਤੇ ਇਸ ਵਿੱਚ ਜਸੂਸਾਂ ਦਾ ਕੁਝ ਹਿੱਸਾ ਜ਼ਰੂਰ ਹੈ ਬਹੁਤ ਸਾਰਾ ਹਿੱਸਾ ਲਾਪਰਵਾਹੀ ਦਾ ਸੀ ਤੇ 2 ਸਾਲ ਲੁਕੇ ਕਾਮਯਾਬੀ ਨਾਲ ਕੰਮ ਕਰਨ ਕਰਕੇ ਸਾਥੀ ਕੁਝ ਅਵੇਸਲੇ ਹੋ ਗਏ ਸਨ ਤੇ ਸਾਡੀ ਗੈਰ ਕਾਨੂੰਨੀ ਜਥੇਬੰਦੀ ਬਹੁਤ ਫੈਲ ਗਈ ਸੀ ਨਵੇਂ-ਨਵੇਂ ਵਰਕਰ ਆਉਂਦੇ ਰਹਿੰਦੇ ਸਨ ਬਹੁਤ ਸਾਰੇ ਅਜਿਹੇ ਲੋਕ ਵੀ ਆ ਜਾਂਦੇ ਸਨ ਜਿਨ੍ਹਾਂ ਨੂੰ ਪਿੱਛੋਂ ਲਈ ਬਚਾ ਕੇ ਰੱਖਣਾ ਚਾਹੀਦਾ ਸੀ ਤਾਕੇ ਜੇ ਹਾਲਤ ਵਿਗੜ ਜਾਏ ਤਾਂ ਪਹਿਲੀ ਕਤਾਰ ਦੀ ਥਾਂ ਲੈ ਸਕਣ ਸਾਡੇ ਸੈਲਾਂ ਦਾ ਤਾਣਾ ਬਾਣਾ ਇੰਨਾ ਉਲਝ ਗਿਆ ਸੀ ਕਿ ਇਹ ਤੇ ਕਾਬੂ ਰੱਖਣਾ ਲਗਭਗ ਅਸੰਭਵ ਹੋ ਗਿਆ ਸੀ ਇਹ ਗੱਲ ਸਪਸ਼ਟ ਹੈ ਕਿ ਸਾਡੀ ਪਾਰਟੀ ਦੀ ਕੇਂਦਰੀ ਕਮੇਟੀ ਉੱਤੇ ਵਾਰ ਕਰਨ ਲਈ ਸਕੀਮ ਬਹੁਤ ਚਿਰ ਪਹਿਲਾਂ ਤੇ ਬੜੀ ਚੌਕਸੀ ਨਾਲ ਤਿਆਰ ਕੀਤੀ ਗਈ ਹੋਏਗੀ ਤੇ ਇਹ ਵਾਰ ਐਨ ਉਸ ਵੇਲੇ ਹੋਇਆ ਜਦੋਂ ਦੁਸ਼ਮਣ ਸੋਵੀਅਤ ਯੂਨੀਅਨ ਤੇ ਹਮਲਾ ਕਰਨ ਲਈ ਬਿਲਕੁਲ ਤਿਆਰ ਖੜਾ ਸੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿਉਂ ਨਾ ਸਾਡੇ ਵਿੱਚੋਂ ਕਿੰਨਿਆਂ ਨੂੰ ਫੜ ਲਿਆ ਹੈ ਮੈਂ ਆਮ ਯੋਜਨਾ ਅਨੁਸਾਰ ਉਡੀਕਦਾ ਰਿਹਾ ਕਿ ਜੇ ਬਚ ਗਏ ਨੇ ਆਪੇ ਮੇਰੇ ਨਾਲ ਸੰਬੰਧ ਜੋੜਨਗੇ ਪਰ ਮੇਰੀ ਉਡੀਕ ਵਿਅਕਤ ਸੀ ਇੱਕ ਮਹੀਨੇ ਪਿਛੋਂ ਮੈਨੂੰ ਸਾਫ਼ ਹੋ ਗਿਆ ਕਿ ਕੋਈ ਭਿਆਨਕ ਗੱਲ ਵਾਪਰ ਗਈ ਹੈ ਤੇ ਮੈਨੂੰ ਸਿਰਫ ਬਾਹਰੋਂ ਸੰਬੰਧ ਜੁੜ ਜਾਣ ਦੀ ਉਡੀਕ ਹੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਮੈਂ ਅੰਦਰੋਂ ਹੀ ਸੰਬੰਧ ਖੋਜਣੇ ਸ਼ੁਰੂ ਕੀਤੇ ਦੂਜਿਆਂ ਨੂੰ ਵੀ ਦੂਜਿਆਂ ਨੇ ਵੀ ਢੂੰਡਣਾ ਸ਼ੁਰੂ ਕਰ ਦਿੱਤਾ ਪਹਿਲਾ ਮੈਂਬਰ ਜੋ ਮੈਨੂੰ ਮਿਲਿਆ ਓਨਜ਼ਾ ਵਿਸਕੋਚਲਸੀ ਉਮਰਦ ボヘミアン ਦੇ ਹਿੱਸੇ ਦੀ ਪ੍ਰਧਾਨ ਸੀ ਉਸ ਵਿੱਚ ਪਹਿਲ ਕਦਮੀ ਕਰਨ ਦੀ ਬੜੀ ਸ਼ਕਤੀ ਸੀ ਤੇ ਉਹਨੇ ਲਾਲ ਹੱਕ ਅਖਬਾਰ ਦੁਬਾਰਾ ਸ਼ੁਰੂ ਕਰਨ ਲਈ ਪਹਿਲਾਂ ਹੀ ਕਿੰਨਾ ਸਾਰਾ ਮਸਾਲਾ ਇਕੱਠਾ ਕੀਤਾ ਹੋਇਆ ਸੀ ਤਾਂ ਕਿ ਪਾਰਟੀ ਅਖਬਾਰ ਬਿਲਕੁਲ ਹੀ ਬੰਦ ਨਾ ਹੋ ਜਾਏ ਮੈਂ ਦਾ ਸੰਪਾਦਕੀ ਲਿਖਿਆ ਫਿਰ ਅਸੀਂ ਫੈਸਲਾ ਕੀਤਾ ਕਿ ਸਾਰਾ ਮਸਬੂਤ ਜਿਸ ਵਿੱਚੋਂ ਬਾਕੀ ਅਜੇ ਮੈਂ ਵੇਖਿਆ ਨਹੀਂ ਸੀ ਮਈ ਪੇਪਰ ਦੀ ਸ਼ਕਲ 'ਚ ਛਾਪਿਆ ਜਾਏ ਲਾਲ ਹੱਕ ਦੇ ਨਾਂ ਹੇਠ ਨਹੀਂ ਤੇ ਦੂਜੀਆਂ ਪਾਰਟੀਆਂ ਨੇ ਵੀ ਬਾਕਾਇਦਾ ਐਡੀਸ਼ਨਾਂ ਕੱਢਣ ਦੀਆਂ ਇਹ ਹੋ ਜਈ ਕਾ ਦੁਕਾਖ ਅਖਬਾਰ ਕੱਢੇ ਸਨ ਇਹ ਤੋਂ ਅਗਲੇ ਮਹੀਨੇ ਛਾਪੇ ਮਾਰਾਂ ਦੇ ਕੰਮ ਚ ਲਾਏ ਗਏ ਵਾਰ ਬੜਾ ਭਾਰੀ ਹੋਣ ਦੇ ਬਾਵਜੂਦ ਵੀ ਉਹ ਪਾਰਟੀ ਨੂੰ ਮੁਕਾ ਨਹੀਂ ਸੀ ਸਕੇ ਸੈਂਕੜੇ ਨਵੇਂ ਵਰਕਰਾਂ ਨੇ ਵਾਰ ਖਾ ਕੇ ਡਿੱਗੇ ਆਗੂਆਂ ਦੇ ਹੱਥੋਂ ਛੁੱਟਿਆ ਕੰਮ ਅੱਗੇ ਵਧ ਕੇ ਹੱਥ 'ਚ ਲੈ ਲਿਆ ਉਹਨਾਂ ਦੀ ਤਾਜ਼ੀ ਸ਼ਕਤੀ ਤੇ ਲਗਨ ਨੇ ਮੁਢਲੀ ਜਥੇਬੰਦੀ ਨੂੰ ਵਿਗੜਨ ਤੋਂ ਬਚਾਇਆ ਇਸ ਵਿੱਚ ਟਾਹੂ ਜਾਂ ਕਾਮਗਿਰੋਧੀ ਰੁਚੀਆਂ ਨੂੰ ਆਉਣ ਤੋਂ ਰੋਕਿਆ ਪਰ ਕੇਂਦਰੀ ਜਥੇਬੰਦੀਆਂ ਨੂੰ ਹੌਂਸੀ ਤੇ ਛਾਪਾ ਮਾਰਾਂ ਦੇ ਕੰਮ 'ਚ ਖਤਰਾ ਸੀ ਕਿ ਸਭ ਤੋਂ ਜ਼ਰੂਰੀ ਮੌਕੇ ਉਤੇ ਸੋਵੀਅਤ ਰੂਸ ਉੱਤੇ ਦੁਸ਼ਮਣ ਦੇ ਸੰਭਾਵਿਤ ਹਮਲੇ ਦੇ ਮੌਕੇ ਉਤੇ ਇਕਤਾ ਤੇ ਜਥੇਬੰਦਕ ਅਗਵਾਈ ਨਹੀਂ ਸੀ ਮੈਂ ਵੇਖਿਆ ਛਾਪੇ ਮਾਰਾਂ ਦੇ ਇੱਕ ਸੈੱਲ ਨੇ ਲਾਲ ਹੱਕ ਦਾ ਜੋ ਇੱਕ ਪਰਚਾ ਕੱਢਿਆ ਉਸ ਵਿੱਚ ਕਿਸੇ ਤਜਰਬੇਕਾਰ ਤੇ ਰਾਜਸੀ ਸਮਝ ਵਾਲੇ ਆਦਮੀ ਦਾ ਹੱਥ ਸੀ ਪਰ ਦੁੱਖ ਦੀ ਗੱਲ ਇਹ ਕਿ ਸਾਡਾ ਇੱਕੋ ਇੱਕ ਮਈ ਅਖਬਾਰ ਖਾਸ ਕਾਮਯਾਬ ਨਾ ਹੋਇਆ ਪਰ ਦੂਜਿਆਂ ਨੇ ਇਹਨੂੰ ਇਸ ਗੱਲ ਦਾ ਪੱਕਾ ਸਬੂਤ ਸਮਝਿਆ ਕਿ ਅਜੇ ਕੋਈ ਜਣਾ ਹੈ ਜਿਸ ਨਾਲ ਮਿਲਵਰਤਨ ਹੋ ਸਕਦਾ ਹੈ ਇਸ ਲਈ ਅਸੀਂ ਦੋਵੇਂ ਗਰੁੱਪ ਇੱਕ ਦੂਜੇ ਨਾਲ ਸੰਪਰਕ ਕਾਇਮ ਕਰਨ ਲਈ ਭਾਲ ਕਰਨ ਲੱਗ ਪਏ ਇਹ ਕਿਸੇ ਨੂੰ ਬਿਲਕੁਲ ਸੰਘਣੇ ਜੰਗਲ 'ਚ ਖੋਜਣ ਵਰਗਾ ਕੰਮ ਸੀ ਇੱਕ ਆਵਾਜ਼ ਸੁਣਾਈ ਦਿੰਦੀ ਅਸੀਂ ਖੋਜਣ ਤੁਰ ਪਏ ਫਿਰ ਉਹੀ ਆਵਾਜ਼ੇ ਤੋਂ ਬਿਲਕੁਲ ਉਲਟੀ ਦਸ਼ਾ ਚੋ ਆ ਜਾਂਦੀ ਬੜੇ ਭਾਰੀ ਨੁਕਸਾਨ ਉਠਾਣ ਪਿਛੋਂ ਪਾਰਟੀ 'ਚ ਹਰ ਆਦਮੀ ਬੜਾ ਚੌਕਸ ਹੋ ਚੁੱਕਾ ਸੀ ਜੋ ਹਰ ਬੰਦੇ ਦੇ ਫੰਦੇ ਚ ਫਸਣਾ ਬਚਣਾ ਚਾਹੁੰਦਾ ਸੀ ਪੁਰਾਣੀ ਕੇਂਦਰੀ ਕਮੇਟੀ ਦੇ ਦੋ ਮੈਂਬਰ ਇੱਕ ਦੂਜੇ ਨੂੰ ਢੂੰਡ ਰਹੇ ਸਨ ਪਰ ਉਹਨਾਂ ਨੂੰ ਇੱਕ ਦੂਜੇ ਨੂੰ ਲੱਭਣ ਲਈ ਹਰ ਤਰ੍ਹਾਂ ਦੇ ਇੰਤਿਆਮ ਤੇ ਰੁਕਾਵਟਾਂ ਦੋਵਾਂ ਦੇ ਭਰੋਸੇਯੋਗ ਸਾਥੀ ਪੈਦਾ ਕਰ ਰਹੇ ਸਨ ਤਾਂ ਕਿ ਇਸ ਗੱਲ ਦਾ ਪੱਕਾ ਨਿਦਾਰਾ ਹੋ ਜਾਏ ਕਿ ਦੂਸਰਾ ਆਦਮੀ ਕਿਤੇ ਵਿਸ਼ਵਾਸ ਘਾਤ ਕਰਨ ਵਾਲਾ ਤਾਂ ਨਹੀਂ ਤੇ ਫੜਾਉਣ ਲਈ ਤਾਂ ਇਹ ਜਾਲ ਨਹੀਂ ਵਿਛਾ ਰਿਆ ਪਰ ਸਭ ਤੋਂ ਵੱਡੀ ਰੁਕਾਵਟ ਇਹ ਸੀ ਕਿ ਮੈਨੂੰ ਇਹ ਪਤਾ ਨਹੀਂ ਸੀ ਕਿ ਜਿਹਨੂੰ ਮੈਂ ਢੂੰਡ ਰਿਹਾ ਹਾਂ ਉਹ ਕੌਣ ਹੈ ਤੇ ਨਾ ਹੀ ਉਹ ਜਾਣਦਾ ਸੀ ਕਿ ਜਿਹੜਾ ਮੈਂਬਰ ਉਹਦੇ ਨਾਲ ਸੰਬੰਧ ਜੋੜਨ ਦਾ ਯਤਨ ਕਰ ਰਿਹਾ ਉਹ ਕੌਣ ਹੈ ਆਖਰ ਸਾਨੂੰ ਅਜੇ ਆਦਮੀ ਮਿਲ ਗਿਆ ਜੋ ਸਾਨੂੰ ਦੋਵਾਂ ਨੂੰ ਹੀ ਜਾਣਦਾ ਸੀ ਤੇ ਜ਼ਿੰਮੇਵਾਰੀ ਲੈ ਸਕਦਾ ਸੀ ਉਹ ਆਦਮੀ ਇੱਕ ਚੰਗਾ ਨੌਜਵਾਨ ਸੀ ਡਾਕਟਰ ਮਿਲੇਸ਼ ਨੈਦਵੈ ਜੋ ਸਾਡਾ ਪਹਿਲਾ ਐਲਚੀ ਬਣਿਆ ਉਹ ਮੈਨੂੰ ਬਿਲਕੁਲ ਸਬਬ ਨਾਲ ਹੀ ਮਿਲ ਗਿਆ 1941 ਦੇ ਜੂਨ ਦੇ ਅੱਧ ਵਿੱਚ ਮੈਂ ਬਿਮਾਰ ਹੋ ਗਿਆ ਤੇ ਲੀਦਾ ਨੂੰ ਡਾਕਟਰ ਨੈਦਵੈਦ ਨੂੰ ਲੱਭ ਕੇ ਬਖਸਾ ਪਰਿਵਾਰ ਦੇ ਘਰ ਲਿਆਉਣ ਲਈ ਗਿਆ ਜਿੱਥੇ ਮੈਂ ਉਹਨੇ ਦਿਨੀ ਲੁਕਿਆ ਹੋਇਆ ਸੀ ਤੇ ਉਹ ਛੱਟ ਹੀ ਆ ਗਿਆ ਤੇ ਉਹਨੇ ਮੇਰੇ ਨਾਲ ਗੱਲਬਾਤ ਦੌਰਾਨ ਬੜੀ ਚੋਕਸੀ ਨਾਲ ਜ਼ਿਕਰ ਕੀਤਾ ਕਿ ਉਹਨੂੰ ਉਸ ਆਦਮੀ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਨੇ ਮਈ ਅਖਬਾਰ ਦਾ ਸੰਪਾਦਕੀ ਲਿਖਿਆ ਸੀ ਉਹਨੂੰ ਇਹ ਬਿਲਕੁਲ ਪਤਾ ਨਾ ਲੱਗਾ ਕਿ ਉਸ ਸੰਪਾਦਕੀ ਲਿਖਣ ਵਾਲਾ ਮੈਂ ਹੀ ਸੀ ਕਿ ਕਿ ਉਧਰ ਦੇ ਸਾਰੇ ਮੈਂਬਰਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਮੈਂ ਫੜਿਆ ਜਾ ਚੁੱਕਾ ਤੇ ਸ਼ਾਇਦ ਮਾਰ ਦਿੱਤਾ ਗਿਆ ਹਿਟਲਰ ਨਹੀਂ 22 ਜੂਨ 1941 ਨੂੰ ਸੋਵੀਅਤ ਯੂਨੀਅਨ ਤੇ ਹਮਲਾ ਕਰਤਾ ਉਸੇ ਸ਼ਾਮ ਮੈਂ ਤੇ ਹੁਣ ਜਾ ਵਿਸਕੋਚਿਲ ਨੇ ਮਿਲ ਕੇ ਇੱਕ ਪਰਚਾ ਕੱਢਿਆ ਜਿਸ ਤੇ ਦੱਸਿਆ ਗਿਆ ਸੀ ਕਿ ਚੈਕੋਸਲਵਾਕੀ ਵਾਲੀ ਇਹਦੇ ਕੀ ਅਰਥ ਨੇ ਆਖਰ 30 ਜੂਨ ਨੂੰ ਮੈਂ ਉਸ ਆਦਮੀ ਨੂੰ ਮਿਲੀ ਪਿਆ ਜਿਹਨੂੰ ਕਿੰਨੇ ਚਿਰ ਤੋਂ ਢੂੰਡ ਰਿਆ ਸੀ ਤੇ ਉੱਥੇ ਉਹਨੂੰ ਕੋਈ ਮਿਲੇਗਾ ਮੈਨੂੰ ਅਜੇ ਤੱਕ ਵੀ ਪਤਾ ਨਹੀਂ ਸੀ ਕਿ ਉਹ ਕੌਣ ਹੈ ਗਰਮੀਆਂ ਦੀ ਰਾਤ ਸੀ ਹਵਾ ਫੁੱਲਾਂ ਦੀ ਮਹਿਕ ਨਾਲ ਭਰੀ ਹੋਈ ਸੀ ਤੇ ਪ੍ਰੇਮੀਆਂ ਦੇ ਮਿਲਣ ਲਈ ਰਾਤ ਬੜੀ ਟੁਕਵੀਂ ਸੀ ਅਸੀਂ ਕੁਝ ਵੀ ਬੋਲਣ ਤੋਂ ਪਹਿਲਾਂ ਬਾਰੀਆਂ ਦੇ ਪਰਦੇ ਕਰ ਲਏ ਇਹ ਤੋਂ ਪਿੱਛੋਂ ਜਦੋਂ ਮੈਂ ਬੱਤੀ ਬਾਲੀ ਤਾਂ ਅਸੀਂ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਪਾ ਲਈ ਉਹ ਹੁਨਜਾ ਜ਼ੀਕਾ ਸੀ ਫਰਵਰੀ 1941 'ਚ ਜੇ ਕੇਂਦਰੀ ਕਮੇਟੀ ਦੇ ਸਾਰੇ ਮੈਂਬਰ ਗ੍ਰਿਫਤਾਰ ਨਹੀਂ ਸੀ ਕੀਤੇ ਗਏ ਇੱਕ ਇਕੱਲਾ ਮੈਂਬਰ ਉਦੋਂ ਵੀ ਬਚਿਆ ਹੋਇਆ ਸੀ ਜ਼ੀਕਾ ਮੈਂ ਉਹਨੂੰ ਬਹੁਤ ਦੇਰ ਤੋਂ ਜਾਣਦਾ ਸੀ ਤੇ ਉਹ ਮੈਨੂੰ ਬਹੁਤ ਪਸੰਦ ਸੀ ਪਰ ਹੁਣ ਅਸੀਂ ਇਕੱਠਿਆਂ ਕੰਮ ਕਰਕੇ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣ ਸਕੇ ਉਹ ਕੁਝ ਮਧਰਾ ਤੇ ਗਲਮਟੋਲ ਜਿਹਾ ਸੀ ਹਰ ਵੇਲੇ ਖੁਸ਼ ਰਹਿੰਦਾ ਵੱਡਿਆਂ ਵਾਂਗ ਪਿਆਰ ਕਰਨ ਵਾਲਾ ਪਰ ਲਗਣ ਵਾਲਾ ਤੇ ਇਰਾਦੇ ਦਾ ਦ੍ਰਿੜ ਮਜ਼ਬੂਤ ਤੇ ਪਾਰਟੀ ਦੇ ਕੰਮ ਸੰਬੰਧੀ ਕੋਈ ਰਿਆਇਤ ਨਹੀਂ ਸੀ ਕਰਦਾ ਜੋ ਕੰਮ ਉਹਦੇ जिम्मे ਲਾਇਆ ਜਾਂਦਾ ਉਹ ਤੋਂ ਬਿਨਾਂ ਉਹਨੂੰ ਕੋਈ ਪਤਾ ਨਾ ਹੁੰਦਾ ਨਾ ਹੀ ਪਤਾ ਕਰਨਾ ਚਾਹੁੰਦਾ ਉਹ ਆਪਣਾ ਫਰਜ਼ ਪੂਰਾ ਕਰਨ ਲਈ ਆਪਣੇ ਆਪ ਨੂੰ ਹਰ ਚੀਜ਼ ਤੋਂ ਵਾਂਝਿਆ ਰੱਖਦਾ ਉਹ ਲੋਕਾਂ ਨੂੰ ਪਿਆਰਦਾ ਸੀ ਲੋਕੋ ਨੂੰ ਪਿਆਰਦੇ ਸਨ ਪਰ ਉਹਨੇ ਕਿਸੇ ਆਦਮੀ ਦੀਆਂ ਕਮਜ਼ੋਰੀਆਂ ਨੂੰ ਅੱਖੋਂ ਲੈ ਕਰਕੇ ਕਦੇ ਆਪਣੇ ਨਾਲ ਨਹੀਂ ਸੀ ਮਿਲਾਇਆ ਐਸਲੇ ਤੇ ਪੁੱਜਣ ਲਈ ਸਾਨੂੰ ਕੁਝ ਮੈਂਟ ਹੀ ਲਗੇ ਥੋੜੇ ਦਿਨਾਂ ਦੇ ਅੰਦਰ ਹੀ ਮੈਂ ਨਵੇਂ ਆਗੂਆਂ ਵਿੱਚੋਂ ਤੀਜੇ ਆਦਮੀ ਨੂੰ ਵੀ ਜਾਣ ਗਿਆ ਜਿਸਨੂੰ ਜ਼ੀਕੇ ਦਾ ਮਈ ਤੋਂ ਸੰਪਰਕ ਸੀ ਤੇ ਉਹ ਸੀ ਹੁਣ ਜਾ ਚੇਰਨੀ ਉਹ ਲੰਮਾ ਪਤਲਾ ਆਦਮੀ ਸੀ ਜਿਹਦਾ ਲੋਕਾਂ ਵੱਲ ਨਜ਼ਰੀਆ ਬੜਾ ਚੰਗਾ ਸੀ ਉਹ ਸਪੇਨ ਚ ਲੜ ਚੁੱਕਾ ਸੀ ਉੱਥੋਂ ਲੜਾਈ ਛੇੜਨ ਤੋਂ ਪਿੱਛੋਂ ਨਜ਼ੀਰ ਜਰਮਨੀ ਨੂੰ ਪਾਰ ਕਰਕੇ ਪਰਤਿਆ ਸੀ ਇਸੇ ਦੌਰਾਨ ਉਹਦੇ ਫੇਫੜਿਆਂ 'ਚ ਇੱਕ ਜ਼ਖਮ ਹੋ ਗਿਆ ਸੀ ਫੌਜੀ ਬਣਾ ਉਸ 'ਚ ਸਦਾ ਹੀ ਰਿਹਾ ਖੁਫੀਆ ਕੰਮ ਕਰਨ ਦਾ ਉਹਨੂੰ ਕਾਫੀ ਡੂੰਗਾ ਤਜਰਬਾ ਸੀ ਤੇ ਸਦਾ ਪਹਿਲ ਕਦਮੀ ਕਰਨ ਦਾ ਉਸ 'ਚ ਗੁਣ ਸੀ ਮਹੀਨਿਆਂ ਬੱਧੀ ਇਹ ਸੌਖੀ ਲੜਾਈ ਰਹੀ ਅਸੀਂ ਚੰਗੇ ਸਾਥੀ ਬਣ ਗਏ ਅਸੀਂ ਸੁਭਾਅ ਦੇ ਪੱਖੋਂ ਵੀ ਤੇ ਆਪਣੀ ਆਪਣੀ ਖਾਸ ਮੁਹਾਰਤ ਦੇ ਪੱਖੋਂ ਵੀ ਇੱਕ ਦੂਸਰੇ ਦੀ ਘਾਟ ਪੂਰੀ ਕਰਦੇ ਸੀ ਜੀਕਾ ਜਥੇਬੰਦੀ ਦਾ ਉਸਤਾਦ ਸੀ ਤੇ ਹਕੀਕਤ ਪਸੰਦ ਤੇ ਸਦਾ ਸਖਤ ਹੋ ਕੇ ਠੀਕ ਗੱਲ ਕਹਿਣ ਵਾਲਾ ਉਹ ਲੰਮੀਆਂ ਚੌੜੀਆਂ ਗੱਲਾਂ 'ਚ ਕਦੇ ਨਹੀਂ ਸੀ ਪੈਂਦਾ ਉਹ ਰਿਪੋਰਟ 'ਚ ਉਹਨਾਂ ਚਿਰ ਖੋਹਿਆ ਰਹਿੰਦਾ ਜਦ ਤੱਕ ਉਹਦੀ ਪੂਰੀ ਮਹੱਤਤਾ ਨਾ ਜਾਣ ਲੈਂਦਾ ਹਰ ਸੁਝਾਅ ਨੂੰ ਹਰ ਸੰਭਵ ਨੁਕਤ ਨਿਗਾਹ ਤੋਂ ਪਰਖਦਾ ਫਿਰ ਗਰੁੱਪ ਦੇ ਹਰ ਫੈਸਲੇ ਨੂੰ ਕਿਹੜੇ ਮੱਥੇ ਤੇ ਦ੍ਰਿੜਤਾ ਨਾਲ ਸਿਰੇ ਚੜ੍ਹਦਾ ਚੇਰਨੀ ਦੇ ਜਿਵੇਂ ਤੋੜ-ਫੋੜ ਤੇ ਬਗਾਵਤ ਲਈ ਤਿਆਰੀ ਦਾ ਕੰਮ ਸੀ ਉਹ ਫੌਜੀ ਢੰਗ ਨਾਲ ਸੋਚਦਾ ਤੇ ਉਹਨੂੰ ਨਵੇਂ-ਨਵੇਂ ਫੁਰਨੇ ਫੁਰਦੇ ਉਹਦੀਆਂ ਵੱਡੇ ਪੈਮਾਨੇ ਦੀਆਂ ਤਜ਼ਵੀਜ਼ਾਂ ਵਿਸ਼ਾਲ ਹੁੰਦੀਆਂ ਸਨ ਨਵੇਂ ਲੋਕ ਨਵੇਂ ਜ਼ਰੀਏ ਢੂੰਡਣ ਚੋਂ ਅਥਕ ਸੀ ਤੇ ਸਦਾ ਕਾਮਯਾਬ ਹੁੰਦਾ ਸੀ ਮੈਂ ਐਸਾ ਪੱਤਰਕਾਰ ਰਾਜਸੀ ਪ੍ਰਚਾਰਕ ਆਪਣੀ ਸੂਝ ਤੇ ਭਰੋਸਾ ਰੱਖਣ ਵਾਲਾ ਕਦੇ-ਕਦੇ ਕੁਝ ਸੰਕੀ ਪਰੇਖੇ ਤੇ ਸੰਤੁਲਨ ਦੇ ਪਿੱਛੇ ਪਿਆ ਰਹਿਣ ਵਾਲਾ ਸਾਡੀ ਇਹ ਵੰਡ ਅਸਲ 'ਚ ਜ਼ਿੰਮੇਵਾਰੀ ਦੀ ਵੰਡ ਸੀ ਕੰਮ ਦੀ ਵੰਡ ਨਹੀਂ ਜਦੋਂ ਵੀ ਆਜ਼ਾਦਾਨਾ ਤੌਰ ਤੇ ਕੰਮ ਕਰਨ ਦਾ ਫੈਸਲਾ ਕਰਨ ਦੀ ਲੋੜ ਹੁੰਦੀ ਤਾਂ ਸਾਨੂੰ ਇੱਕ ਦੂਜੇ ਦੇ ਹਿੱਸੇ 'ਚ ਦਖਲ ਦੇਣਾ ਪੈਂਦਾ ਜ਼ਿੰਮੇਵਾਰੀ ਚੁੱਕਣੀ ਪੈਂਦੀ ਕਿਉਂਕਿ ਹਰ ਚੀਜ਼ ਬਾਰੇ ਮਿਲ ਕੇ ਵਿਚਾਰ ਵਟਾਂਦਰਾ ਕਰ ਸਕਣਾ ਬਹੁਤ ਮੁਸ਼ਕਲ ਸੀ ਫਰਵਰੀ ਚ ਪਾਰਟੀ ਉੱਪਰ ਹੋਏ ਵਾਰ ਕਾਰਨ ਸਾਡੇ ਸਾਰੇ ਸਬੰਧ ਟੁੱਟ ਗਏ ਤੇ ਮੁੜ ਕਦੇ ਵੀ ਚੰਗੀ ਤਰ੍ਹਾਂ ਜੋੜੇ ਨਹੀਂ ਜਾ ਸਕੇ ਜਥੇਬੰਦੀ ਦੇ ਕਈ ਹਿੱਸੇ ਤਾਂ ਬਿਲਕੁਲ ਹੀ ਤਬਾਹ ਹੋ ਗਏ ਕੁਝ ਫੇਰ ਬਣਾ ਲਏ ਗਏ ਪਰ ਉਹਨਾਂ ਨਾਲ ਸਬੰਧ ਜੋੜ ਸਕਣਾ ਅਸੰਭਵ ਸੀ کارਖਾਨਿਆਂ ਵਿਚਲੇ ਬਹੁਤ ਸਾਰੇ ਸੈਲਾ ਨੂੰ ਇੱਥੋਂ ਤੱਕ ਕਿ ਕਿਸੇ ਇਲਾਕੇ ਦੀ ਪੂਰੀ ਦੀ ਪੂਰੀ ਜਥੇਬੰਦੀ ਮਹੀਨਿਆਂ ਤੱਕ ਨਿਖੇੜੇ ਚ ਰਹਿ ਕੇ ਕੰਮ ਕਰਦੀ ਰਹੀ ਤਾਂ ਕਿਤੇ ਜਾ ਕੇ ਅਸੀਂ ਉਸ ਨਾਲ ਸਬੰਧ ਜੋੜ ਸਕੇ ਸਾਨੂੰ ਸਿਰਫ ਇਹ ਉਮੀਦ ਰਹਿੰਦੀ ਸੀ ਕਿ ਸਾਡਾ ਕੇਂਦਰੀ ਅਖਬਾਰ ਸ਼ਾਇਦ ਉਹਨਾਂ ਨੂੰ ਮਿਲ ਜਾਂਦਾ ਹੋਵੇਗਾ ਤੇ ਉਸ 'ਤੇ ਦਿੱਤੀ ਆਮ ਸੇਧ ਅਨੁਸਾਰ ਚੱਲਦੇ ਹੋਣਗੇ ਉਦੋਂ ਕੰਮ ਕਰਨਾ ਬਹੁਤ ਔਖਾ ਸੀ ਕਿਉਂਕਿ ਸਾਡੇ ਕੋਲ ਰਹਿਣ ਲਈ ਥਾਂ ਵੀ ਥਾਂ ਤੱਕ ਵੀ ਨਹੀਂ ਸੀ ਅਸੀਂ ਆਪਣੀਆਂ ਪੁਰਾਣੀਆਂ ਥਾਵਾਂ ਨਹੀਂ ਸੀ ਵਰਤ ਸਕਦੇ ਸ਼ਾਇਦ ਦੁਸ਼ਮਣ ਲਗਾਤਾਰ ਉਹਨਾਂ ਤੇ ਅੱਖ ਰੱਖਦਾ ਸੀ ਪਹਿਲਾਂ ਬੈਲ ਸਾਡੇ ਕੋਲ ਇੱਕ ਪੈਸਾ ਵੀ ਨਹੀਂ ਸੀ ਰਾਸ਼ਨ ਕਾਰਡਾਂ ਤੋਂ ਬਿਨਾਂ ਖੁਰਾਕ ਮਿਲਣੀ ਮੁਸ਼ਕਲ ਸੀ ਤੇ ਰਾਸ਼ਨ ਕਾਰਡ ਲੈਣ ਨਾਲ ਸਾਡੀ شناخت ਹੋ ਸਕਦੀ ਸੀ ਇਹ ਰੁਕਾਵਟਾਂ ਜਲਦੀ ਦੂਰ ਕਰਨੀਆਂ ਪਈਆਂ ਜਦੋਂ ਤਿਆਰੀ ਤੇ ਉਸਾਰੀ ਦਾ ਸਮਾਂ ਲੰਘ ਚੁੱਕਾ ਸੀ ਜਦੋਂ ਸਾਨੂੰ ਲੜਾਈ 'ਚ ਸਰਗਰਮ ਹਿੱਸਾ ਲੈਣਾ ਚਾਹੀਦਾ ਸੀ ਕਿਉਂਕਿ ਸੋਵੀਅਤ ਯੂਨੀਅਨ ਉੱਤੇ ਹਮਲਾ ਹੋ ਚੁੱਕਾ ਸੀ ਹਮਲਾਵਰਾਂ ਵਿਰੁੱਧ ਅੰਦਰੂਨੀ ਮੋਰਚੇ ਤੇ ਲੜਨਾ ਪੰਨ ਤੋੜਦੀਆਂ ਛੋਟੀਆਂ ਵੱਡੀਆਂ ਲੜਾਈਆਂ ਲੜਨਾ ਸਾਡਾ ਕੰਮ ਹੈ ਅਸੀਂ ਸਿਰਫ ਆਪਣੀ ਤਾਕਤ ਨਾਲ ਨਹੀਂ ਲੜਨਾ ਸਗੋਂ ਜਿੱਥੋਂ ਤੱਕ ਸੰਭਵ ਹੋ ਸਕੇ ਸਾਰੀ ਚੱਕ ਕੌਮ ਦੀ ਤਾਕਤ ਨੂੰ ਮੈਦਾਨ 'ਚ ਲਿਆਉਣਾ ਹੈ 1939 ਤੋਂ 1941 ਤੱਕ ਦੇ ਤਿਆਰੀ ਦੇ ਸਮੇਂ ਦੌਰਾਨ ਪਾਰਟੀ ਗੁਪਤ ਤੌਰ ਤੇ ਕੰਮ ਕਰਦੀ ਰਹੀ ਸੀ ਸਿਰਫ ਜਰਮਨ ਪੁਲਿਸ ਦੇ ਖਿਲਾਫ ਹੀ ਨਹੀਂ ਸਗੋ ਦੇਸੀ ਹਾਕਮਾਂ ਤੋਂ ਵੀ ਲੁੱਕ ਕੇ ਹੁਣੇ ਤਸ਼ੱਦਦ ਦੇ ਬਾਵਜੂਦ ਵੀ ਹਮਲਾਵਰਾਂ ਦੇ ਖਿਲਾਫ ਪਾਰਟੀ ਨੂੰ ਮਜ਼ਬੂਤ ਤੇ ਯੋਗ ਜਥੇਬੰਦੀ ਬਣਾਉਣਾ ਸੀ ਤੇ ਨਾਲ ਹੀ ਨਾਲ ਦੀ ਨਾਲ ਚੱਕ ਕੌਮ ਦਾ ਵਿਸ਼ਵਾਸ ਜਿੱਤਣਾ ਪੈਣਾ ਸੀ ਇਹਦਾ ਅਰਥ ਸੀ ਕਿ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਜੋੜਿਆ ਜਾਵੇ ਲੋਕਾਂ ਨੂੰ ਸੰਘਰਸ਼ ਕਰਨ ਲਈ ਸੱਦਾ ਦਿੱਤਾ ਜਾਵੇ ਤਾਂ ਜੋ ਫਿਰ ਵੀ ਜਕੋ ਤਕੀ ਵਿੱਚ ਹਨ ਉਹਨਾਂ ਨਾਲ ਸਿੱਧੇ ਹੱਥੀਂ ਜਿੱਠਿਆ ਜਾਵੇ ਸਤੰਬਰ 1941 ਦੇ ਸ਼ੁਰੂ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਪਣੀ ਟੁੱਟ ਭੱਜ ਚੁੱਕੀ ਜਥੇਬੰਦੀ ਨੂੰ ਨਵੇਂ ਸਿਰਿਓਂ ਉਸਾਰ ਲਿਆ ਹੈ ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਸਾਡਾ ਅਜਿਹਾ ਦ੍ਰਿੜ ਜਥੇਬੰਦ ਅੰਦਰੂਨੀ ਹਿੱਸਾ ਬਣ ਚੁੱਕਾ ਸੀ ਜੋ ਕਾਫੀ ਜ਼ਿੰਮੇਵਾਰੀ ਸੰਭਾਲਣ ਲੱਗ ਪਿਆ ਸੀ ਪਾਰਟੀ ਢੀਲਾਰ ਵਾਲ ਲੋਕਾਂ ਦਾ ਧਿਆਨ ਖਿੱਚਿਆ ਜਾਣ ਲੱਗ ਪਿਆ ਸੀ ਤੇ ਭੰਨ ਤੋੜ ਦਾ ਕੰਮ ਫੈਲ ਗਿਆ ਸੀ। ਸਭ ਥਾਵਾਂ ਤੇ کارਖਾਨਿਆਂ 'ਚ ਹੜਤਾਲਾਂ ਹੋਈਆਂ ਸਤੰਬਰ ਦੇ ਅੰਤ ਵਿੱਚ ਉਹਨਾਂ ਹਾਈਡਰਿਕ ਨੂੰ ਸਾਡੇ ਪਿੱਛੇ ਲਾਤਾ। ਮਾਰਸ਼ਲ ਆਦੇਸ਼ ਰੂਪ 'ਚ ਸਾਡੀ ਗਾਂਵਵਾਦੀ ਸਰਗਰਮ ਮੁਕਾਬਲੇ ਦੀ ਲਹਿਰ ਨਾ ਦਬਾਈ ਜਾ ਸਕੇ। ਹੁਣ ਜੇ ਨੇ ਸਾਡੀ ਰਫਤਾਰ ਜ਼ਰੂਰ ਘਟਾਈ ਤੇ ਪਾਰਟੀ ਦੇ ਨਵੇਂ ਵਾਰ ਹੋਏ। ਸਭ ਤੋਂ ਜ਼ਿਆਦਾ ਨੁਕਸਾਨ ਪਰਾਗ ਜ਼ਿਲ੍ਹੇ ਦਾ ਤੇ ਨੌਜਵਾਨਾਂ ਦੀ ਜਿੱਥੇ ਬੰਦੀ ਦਾ ਹੋਇਆ। ਪਾਰਟੀ ਦੇ ਬਹੁਤ ਸਾਰੇ ਵੱਡਮੁੱਲੇ ਆਗੂ ਫੜੇ ਗਏ ਜਾਨ ਕ੍ਰੈਂਚੀ ਸ਼ੁਤਾਂਜਲਮੀ ਲੋਸ਼ ਕ੍ਰਾਸਨੀ ਤੇ ਹੋਰ ਬਹੁਤ ਸਾਰੇ ਹਰ ਵਾਰ ਤੋਂ ਪਿੱਛੋਂ ਪਤਾ ਲੱਗਦਾ ਕਿ ਪਾਰਟੀ ਕਿੰਨੀ ਅਜਿੱਤ ਹੈ ਫੜੇ ਜਾਣ ਵਾਲੇ ਸਾਥੀਆਂ ਦੀ ਘਾਟ ਭਾਵੇਂ ਪੂਰੀ ਨਾ ਜਾ ਸਕਣ ਵਾਲੀ ਮਹਿਸੂਸ ਹੁੰਦੀ ਪਰ ਹਰ ਵੇਰੀ ਇੱਕ ਦੀ ਥਾਂ ਲੈਣ ਲਈ ਦੋ ਜਾਂ ਤਿੰਨ ਜਣੇ ਅੱਗੇ ਆ ਜਾਂਦੇ ਨਵਾਂ ਸਾਲ ਸ਼ੁਰੂ ਹੋਣ ਤੱਕ ਅਸੀਂ ਫੇਰ ਨਵੇਂ ਸਿਰਿਓਂ ਤਕੜੀ ਜਥੇਬੰਦੀ ਬਣਾ ਲਈ ਸੀ ਪਾਂ ਮਈ ਫਰਵਰੀ 1948 ਵਰਗੀ ਵਿਸ਼ਾਲਤਾ ਨਹੀਂ ਸੀ ਫਿਰ ਵੀ ਇਹ ਯੋਗ ਜ਼ਰੂਰ ਸੀ ਕਿ ਫੈਸਲਾਕੁਨ ਲੜਾਈ ਦੀ ਵੰਗਾਰ ਨੂੰ ਕਬੂਲ ਕਰ ਸਕੇ ਅਸੀਂ ਸਾਰੇ ਆ ਇਸ ਕੰਮ ਵਿੱਚ ਹਿੱਸਾ ਪਾਇਆ ਸੀ ਪਰੇਸ਼ਟ ਸਭ ਤੋਂ ਵੱਧ ਹਿੱਸਾ ਹੋਂਜਾ ਜਿੱਕਾ ਦਾ ਸੀ ਸਾਡੇ ਵੱਲੋਂ ਛਾਪੇ ਸਾਹਿਦ ਦੇ ਸਬੂਤ ਤਾਂ ਪਰਛਤੀਆਂ ਤੋਂ ਸਾਥੀਆਂ ਦੀਆਂ ਚੁਪਾ ਕੇ ਰੱਖਿਆ ਫਾਈਲਾਂ ਤੋਂ ਤੁਹਾਨੂੰ ਮਿਲ ਜਾਣਗੇ ਤੇ ਇੱਥੇ ਇਹਨਾਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਸਾਡੀਆਂ ਅਖਬਾਰਾਂ ਬਹੁਤ ਵੱਡੀ ਗਿਣਤੀ 'ਚ ਛਪਦੀਆਂ ਸਨ ਤੇ ਸਿਰਫ ਸਾਡੇ ਆਪਣੀ ਪਾਰਟੀ ਮੈਂਬਰਾਂ ਵਿੱਚ ਹੀ ਨਹੀਂ ਸਗੋਂ ਸਾਰੇ ਦੇਸ਼ ਵਿੱਚ ਪੜੀਆਂ ਜਾਂਦੀਆਂ ਸਨ ਇਹ ਅਖਬਾਰਾਂ ਬਹੁਤ ਸਾਰੇ ਗੁਪਤ ਤਕਨੀਕੀ ਕੇਂਦਰਾਂ 'ਚ ਬਹੁਤ ਵੱਡੀ ਗਿਣਤੀ 'ਚ ਛਾਪੀਆਂ ਜਾਂਦੀਆਂ ਜਾਂ ਸਾਈਕਲੋਸਟਾਈਲ ਕੀਤੀਆਂ ਜਾਂਦੀਆਂ ਇਹ ਤਕਨੀਕੀ ਕੇਂਦਰ ਇੱਕ ਦੂਜੇ ਤੋਂ ਬਿਲਕੁਲ ਕੱਟੇ ਹੋਏ ਹੁੰਦੇ ਸਨ ਕੋਈ ਵੀ ਤਕਨੀਕੀ ਕੇਂਦਰ ਗਰੁੱਪ ਦਾ ਗਰੁੱਪ ਨਾ ਹੀ ਏ ਜਾਣਦਾ ਸੀ ਕਿ ਦੂਜੇ ਗਰੁੱਪਾਂ ਚ ਕੌਣ ਕੰਮ ਕਰਦਾ ਹੈ ਨਾ ਹੀ ਇਹ ਕਿ ਦੂਜਾ ਗਰੁੱਪ ਕਿੱਥੋਂ ਕੰਮ ਕਰਦਾ ਹੈ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਉਹਨਾਂ ਨੂੰ ਮਜ਼ਬੂਨ ਤੇ ਹਦਾਇਤਾਂ ਕਿੱਥੋਂ ਆਉਂਦੀਆਂ ਉਹ ਸਾਰੇ ਲੜਾਈ ਵਿੱਚ ਦੀ ਹਾਲਤ ਦੀ ਲੋੜ ਅਨੁਸਾਰ ਆਦਮੀ ਜਿੰਨੀ ਸੰਭਵ ਫੁਰਤੀ ਨਾਲ ਕੰਮ ਕਰ ਸਕਦਾ ਹੈ ਕੰਮ ਕਰਦੇ ਸੀ ਉਦਾਹਰਨ ਲਈ ਕਾਮਰੇਡ ਸਟਾਲਨ ਨੇ ਸੋਵੀਅਤ ਫੌਜ ਨੂੰ ਜੋ ਹੁਕਮ 23 ਫਰਵਰੀ 1942 ਨੂੰ ਦਿੱਤਾ ਅਸੀਂ ਉਹ ਛਾਪ ਕੇ 25 ਤਰੀਕ ਤੱਕ ਪਾਟਕਾ ਤੱਕ ਪਹੁੰਚਾ ਦਿੱਤਾ ਸੀ ਛੱਪਣ ਵਾਲੇ ਸਾਥੀ ਬੜੀ ਯੋਗਤਾ ਨਾਲ ਕੰਮ ਕਰ ਰਹੇ ਸਨ ਡਾਕਟਰਾਂ ਦੇ ਤਕਨੀਕੀ ਗਰੁੱਪ ਦੇ ਫੁਕਸ ਲੋਰੈਂਟਸ ਨਾਂ ਦੇ ਗਰੁੱਪਾਂ ਵਾਂਗ ਜੋ ਦ ਵਰਲਡ ਅਗੇਨਸਟ ਹਿਟਲਰ ਨਾਂ ਦਾ ਆਪਣਾ ਪਰਚਾ ਵੀ ਕੱਢਦੇ ਸਨ ਦੂਜੀਆਂ ਅਖਬਾਰਾਂ ਦੇ ਮਸਬੂਨ ਮੈਂ ਆਪ ਹੀ ਲਿਖਦਾ ਸੀ ਤਾਂ ਜੋ ਦੂਜੇ ਲੋਕ ਖਤਰੇ 'ਚ ਨਾ ਪੈਣ ਮੇਰਾ ਬਦਲ ਬਹੁਤ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀ ਜਿਨੇ ਮੇਰੇ ਫੜੇ ਜਾਨ ਦੀ ਸੂਰਤ 'ਚ ਮੇਰੀ ਥਾਂ ਲੈਣੀ ਸੀ ਮੇਰੀ ਗ੍ਰਿਫਤਾਰੀ ਤੋਂ ਪਿਛੋਂ ਨੇ ਤੁਰੰਤ ਹੀ ਮੇਰਾ ਕੰਮ ਸੰਭਾਲ ਲਿਆ ਤੇ ਅਜੇ ਵੀ ਆਪਣੀ ਥਾਂ ਤੇ ਡਟਿਆ ਹੋਇਆ ਹੈ। ਅਸੀਂ ਵੱਧ ਤੋਂ ਵੱਧ ਸਾਦਾ ਜੱਥੇਬੰਦੀ ਬਣਾਈ ਸੀ ਕਿਸੇ ਵੀ ਇੱਕ ਕੰਮ 'ਚ ਘੱਟ ਤੋਂ ਘੱਟ ਆਦਮੀ ਸ਼ਾਮਲ ਹੋਣ। ਅਸੀਂ ਸੁਨੇਹੇ ਪੰਚਾਨ ਲਈ ਇੱਕ ਲੰਮੀ ਗੁੰਝਲਦਾਰ ਲੜੀ ਬਣਾਉਣ ਦਾ ਤਰੀਕਾ ਤਿਆਗ ਦਿੱਤਾ। ਜੋ ਤਰੀਕਾ 41 ਵਿੱਚ ਕੇਂਦਰੀ ਕਮੇਟੀ ਨੂੰ ਬਚਾ ਨਹੀਂ ਸੀ ਸਕਿਆ ਸਭੂ ਜੀ ਨੇ ਜਿਸ ਨੇ ਗੱਦਾਰੀ ਦਾ ਖਤਰਾ ਵਧਾਇਆ ਸੀ। ਇਸ ਨਵੇਂ ਤਰੀਕੇ ਨਾਲ ਸਾਨੂੰ ਜਾਤੀ ਤੌਰ ਤੇ ਜ਼ਿਆਦਾ ਖਤਰਾ ਸੀ ਪਰ ਇਸ ਚ ਸਮੁੱਚੀ ਜੱਥੇਬੰਦੀ ਸੁਰੱਖਿਅਤ ਸੀ ਪਵੇਖਣ ਕੋਈ ਹਮਲਾ ਪਾਰਟੀ ਮਸ਼ੀਨ ਨੂੰ ਫਰਵਰੀ ਚ ਵਾਪਰੇ ਵਾਂਗ ਨਹੀਂ ਵਿਗਾੜ ਸਕੇਗਾ ਇਸ ਤਰ੍ਹਾਂ ਮੇਰੇ ਫੜੇ ਜਾਣ ਤੋਂ ਪਿੱਛੋਂ ਵੀ ਕੇਂਦਰੀ ਕਮੇਟੀਾਂ ਵਾਂਗ ਕੰਮ ਕਰਦੀ ਰਹੀ ਮੇਰਾ ਨiyet ਕੀਤਾ ਹੋਇਆ ਬਦਲ ਮੇਰੀ ਥਾਂ ਤੇ ਆ ਗਿਆ ਸੀ ਇੱਥੋਂ ਤੱਕ ਕਿ ਮੇਰੇ ਨੇੜੇ ਤੋਂ ਨੇੜੇ ਸਾਥੀਆਂ ਨੂੰ ਵੀ ਕੋਈ ਫਰਕ ਨਾਂ ਜਾਪਿਆ ਹੋਜ਼ਾ ਜੀ ਕਾ 27 ਮਈ 1942 ਨੂੰ ਰਾਤ ਨੂੰ ਫੜਿਆ ਗਿਆ ਸੀ ਉਹ ਵੀ ਬਿਲਕੁਲ ਸਬਬਨਾਲੀ ਫੜਿਆ ਗਿਆ ਸੀ ਇਹ ਹਾਈਡਰਿਕ ਤੇ ਹਮਲੇ ਤੋਂ ਪਿਛਲੀ ਰਾਤ ਸੀ ਜਿਸ ਦਿਨ ਦੁਸ਼ਮਣ ਦੀ ਸਾਰੀ ਮਸ਼ੀਨਰੀ ਪਰਾਗ ਵਿੱਚ ਤਲਾਸ਼ੀਆਂ ਕਰਨ ਚ ਡਿਉਟੀ ਸੀ ਉਸ ਟੈਸੋਵਿਟਸ ਦੇ ਮਕਾਨ ਵਿੱਚ ਵੀ ਆਵੜੇ ਜਿੱਥੇ ਜ਼ੀਰਾ ਲੁੱਕੇ ਰਹਿੰਦਾ ਸੀ ਝੂਠੇ ਨਾਂ ਉੱਤੇ ਉਹਦੇ ਸਭ ਕਾਗਜ਼ ਪੱਤਰ ਠੀਕ ਠਾਕ ਸੀ ਜੋ ਬੋਲਦਾ ਨਾ ਤਾਂ ਕਦੇ ਵੀ ਉਹਨੂੰ ਪਛਾਣ ਨਾ ਸਕਦੇ ਪਰ ਜਿਸ ਚੰਗੇ ਪਰਿਵਾਰ ਨੇ ਉਹਨੂੰ ਆਸਰਾ ਦਿੱਤਾ ਸੀ ਉਹਨਾਂ ਨੂੰ ਖਤਰੇ 'ਚ ਨਹੀਂ ਸੀ ਪਾਉਣਾ ਚਾਹੁੰਦਾ ਇਸ ਲਈ ਉਹਨੇ ਦੂਸਰੀ ਮੰਜ਼ਿਲ ਤੋਂ ਦੌੜੰਦਾ ਗਿਆ ਤਾਂ ਨਕੀ ਤੋ ਡਿੱਗ ਪਿਆ ਉਹਦੀ ਰੇਡ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਉਹਨੂੰ ਇੱਕ ਜੇਲ੍ਹ ਦੇ ਹਸਪਤਾਲ 'ਚ ਲਿਜਾਇਆ ਗਿਆ ਉਹਨਾਂ ਨੂੰ ਵੀ ਬਿਲਕੁਲ ਪਤਾ ਨਹੀਂ ਸੀ ਕਿ ਕੌਣ ਹੈ ਉਹਨਾਂ ਦੇ ਕਾਬੂ ਆ ਗਿਆ ਤੇ 18 ਦਿਨ ਪੜਤਾਲ ਕਰਕੇ ਫੋਟੋਆਂ ਨੂੰ ਕਈ ਵੇਰ ਮਿਲਾਨ ਪਿੱਛੋਂ ਸਾਬਤ ਕਰ ਸਕੇ ਕਿ ਉਹ ਕੌਣ ਸੀ ਤੇ ਉਹਨੂੰ ਮਰਨ ਕਿਨਾਰੇ ਕੀਤੇ ਹੋਏ ਨੂੰ ਪੜਤਾਲ ਲਈ ਪਿਛੈ ਕਮਾਰ ਤੇ ਚਲੇ ਗਏ ਉੱਥੇ ਜਦੋਂ ਮੈਨੂੰ ਉਸ ਨਾਲ ਮਿਲਾਉਣ ਲਈ ਲੈ ਗਏ ਤਾਂ ਅਸੀਂ ਆਖਰੀ ਵੇਰ ਮਿਲੇ ਸੀ ਅਸੀਂ ਹੱਥ ਮਿਲਾਏ ਤੇ ਉਹਨੇ ਵਿਸ਼ਾਲ ਮੁਸਕਰਾਟ ਮੇਰੇ ਤੇ ਸੁੱਟਦੇ ਹੋਏ ਕਿਹਾ ਆਪਣਾ ਖਿਆਲ ਰੱਖੀ ਜੂਲੋ ਉਦੇ ਮੂੰਹ ਉਹਨਾਂ ਨੇ ਸਿਰਫ ਇੰਨਾ ਹੀ ਸੁਣਿਆ ਸੀ ਇਹ ਤੋਂ ਬਿਨਾ ਉਹਨੇ ਇੱਕ ਸ਼ਬਦ ਵੀ ਮੂੰਹ ਨਹੀਂ ਸੀ ਕੱਢਿਆ ਮੂੰਹ ਤੇ ਕੁਝ ਹੋਰ ਕਿਸਨ ਖਾ ਕੇ ਉਹ ਬੇਹੋਸ਼ ਹੋ ਗਿਆ ਤੇ ਦੋ ਕੋਹ ਕੰਡਿਆਂ ਚ ਮਰ ਗਿਆ ਮੈਨੂੰ ਉਹਦੀ ਗ੍ਰਿਫਤਾਰੀ ਦਾ ਪਤਾ 29 ਮਈ ਨੂੰ ਲੱਗਾ ਸੀ ਤੇ ਸਾਡੇ ਸੂਏ ਠੀਕ ਕੰਮ ਕਰ ਰਹੇ ਸਨ ਉਹਨਾਂ ਰਾਹੀਂ ਅਸੀਂ ਆਪਣੇ ਅਗਲੇ ਕਦਮਾਂ ਬਾਰੇ ਜਿਹਨੇ ਚੰਗੀ ਤਰ੍ਹਾਂ ਹੋ ਸਕਦਾ ਸੀ ਉਹਨੇ ਚੰਗੀ ਤਰ੍ਹਾਂ ਫੈਸਲਾ ਕਰ ਚੁੱਕੇ ਸੀ ਜਿਹਨੂੰ ਪਿੱਛੋਂ ਹੌਂਜ਼ਾ ਚੇਰਨੀ ਨੇ ਮਨਜ਼ੂਰ ਕਰ ਲਿਆ ਸੀ ਇਹ ਸਾਡਾ ਤਿੰਨਾਂ ਦਾ ਪਾਰਟੀ ਵਾਸਤੇ ਆਖਰੀ ਸਾਂਝਾ ਫੈਸਲਾ ਸੀ ਹੋਂਜਾ ਚੇਰ ਨੇ 1942 ਦੀ ਅਸਰਗਰਮੀਆਂ 'ਚ ਫੜਿਆ ਗਿਆ ਸੀ ਪਰ ਇਸ ਵੇਰੇ ਇਸ ਸਬਬ ਨਾਲ ਨਹੀਂ ਜਾਨ ਪੋਕਰੋਨੀ ਵਾਲੇ ਜ਼ਾਬਤੇ ਨੂੰ ਪੂਰੀ ਤਰ੍ਹਾਂ ਤੋੜਨ ਕਰਕੇ ਫੜਿਆ ਗਿਆ ਸੀ ਜਿਸ ਨਾਲ ਕਿ ਉਹਦਾ ਸਿੱਧਾ ਸਬੰਧ ਸੀ ਪੋਕਰੋਨੀ ਨੇ ਗਰੁੱਪ ਦੇ ਇੱਕ ਜ਼ਿੰਮੇਵਾਰ ਅਗੂਆੰਗ ਫਰਜ਼ ਨਾਮ ਪਾਲਿਆ ਕਈ ਘੰਟਿਆਂ ਦੀ ਪੁੱਛਗਿੱਛ ਵਿੱਚੋਂ ਜ਼ਰੂਰੀ ਉਹਨੂੰ ਬਹੁਤ ਕਟਾਪਾ ਚੜਿਆ ਹੋਵੇਗਾ ਪਰ ਇਹ ਤੋਂ ਬਿਨਾ ਉਹਨੂੰ ਹੋਰ ਕਾਦੀ ਉਮੀਦ ਹੋ ਸਕਦੀ ਸੀ ਕਈ ਘੰਟਿਆਂ ਦੇ ਕਟਾਪੇ ਵਿੱਚੋਂ ਉਹ ਵੰਦਲ ਗਿਆ ਤੇ ਉਹਨੇ ਉਹ ਮਕਾਨ ਦਾ ਸਿਰਨਾਮਾ ਦੱਸ ਦਿੱਤਾ ਜਿੱਥੇ ਉਹ ਚੇਰਨੀ ਨੂੰ ਮਿਲਿਆ ਸੀ ਉੱਥੇ ਉਹਨਾਂ ਨੇ ਹੋਣ ਜਾਂ ਦੀ ਖੋਜ ਸ਼ੁਰੂ ਕੀਤੀ ਤੇ ਗੈਸਟ ਆਪੋ ਨੇ ਕੁਝ ਦਿਨਾਂ ਪਿਛੋਂ ਉਹਨੂੰ ਫੜ ਲਿਆ ਤੇ ਜਦੋਂ ਅਜੇ ਉਹਨੂੰ ਲਿਆਈ ਸੀ ਤਾਂ ਛੱਟ ਮੈਨੂੰ ਧੂਕੇ ਉਹਨੂੰ ਪਛਾਣਨ ਲਈ ਕਿਹਾ ਤੂੰ ਉਹਨੂੰ ਜਾਣਨਾ ਹੈ ਨਹੀਂ ਮੈਂ ਨਹੀਂ ਜਾਣਦਾ ਨਾ ਹੀ ਉਹਨੇ ਮੈਨੂੰ ਪਛਾਣਨ ਦਾ ਇਕਬਾਲ ਕੀਤਾ ਉਹਨੇ ਹੋਰ ਕਿਸੇ ਸਵਾਲ ਦਾ ਜਵਾਬ ਦੇਣਾ ਨਾ ਕਰਤੇ ਉਦੇ ਪੁਰਾਣੇ ਜ਼ਖਮ ਨੇ ਉਹਨੂੰ ਹੋਰ ਤਸੀਹਾਂ ਤੋਂ ਬਚਾ ਲਿਆ। ਛੇਤੀ ਬੇਹੋਸ਼ ਹੋ ਗਿਆ। ਦੂਜੀ ਵਾਰ ਕੋਟਾਪੇ ਵਾਸਤੇ ਲਿਜਾਣ ਤੋਂ ਪਹਿਲਾਂ ਅਸੀਂ ਫੁਰਤੀ ਨਾਲ ਉਹਨੂੰ ਸਾਰੀ ਹਾਲਤ ਦੱਸ ਦਿੱਤੀ। ਤੇ ਉਹਨੇ ਉਹਦੇ ਅਨੁਸਾਰ ਹੀ ਅਮਲ ਕੀਤਾ। ਉਹਦੇ ਕੋਲੋਂ ਕੁਝ ਨਾ ਕਢਾ ਸਕੇ। ਬੜਾ ਚਿਰ ਉਹਨੂੰ ਉਹਨਾਂ ਉਹਨੂੰ ਇਸ ਡੀਕ ਚ ਜੇਲ੍ਹ ਚ ਡੱਕ ਰੱਖਿਆ ਕਿ ਸ਼ਾਇਦ ਕੋਈ ਨਵਾਂ ਸਬੂਤ ਉਹਦੀ ਚੁੱਪ ਤੋੜ ਸਕੇ। ਪਰ ਉਹ ਕਦੇ ਹੁੰਜਾ ਚੀਰਨੀ ਨੂੰ ਡੁਲਾ ਨਾ ਸਕੇ। ਕੈਦ ਉਹਨੂੰ ਬਦਲ ਨਾ ਸਕੇ। ਉਸਦਾ ਹੀ ਹੌਸਲੇ ਛੋਲਾ ਤੇ ਖਿੜੇ ਮੱਥੇ ਰਹਿੰਦਾ ਸਦਾ ਦੂਸਰਿਆਂ ਦੇ ਭਵਿੱਖ 'ਚ ਯਕੀਨ ਬਣਾਉਂਦਾ ਜਦ ਕਿ ਉਹਦਾ ਆਪਣੇ ਭਵਿੱਖ ਦਾ ਰੁੱਖ ਸਿੱਧਾ ਮੌਤ ਵੱਲ ਸੀ ਅਪ੍ਰੈਲ ਦੇ ਅੰਤ 'ਚ ਜੋ ਅਚਾਨਕ ਹੀ ਉਹਨੂੰ ਪੰਕਰਾਤਸ ਤੋਂ ਬਾਹਰ ਲੈ ਗਏ ਮੈਨੂੰ ਨਹੀਂ ਪਤਾ ਕਿੱਥੇ ਲੋਕਾਂ ਦੀ ਇਥੋਂ ਅਚਾਨਕ ਅਲੋਪਤਾ ਸਦਾ ਬਦਸ਼ਗਣੀ ਵਾਲੀ ਗੱਲ ਹੁੰਦੀ ਸੀ ਮੈਨੂੰ ਗਲਤੀ ਵੀ ਲੱਗ ਸਕਦੀ ਹੈ ਪਰ ਮੈਨੂੰ ਹੁਣ ਜਾਂ ਚੇਹਰ ਨਹੀਂ ਮੁੜ ਮਿਲ ਸਕੰਦੀ ਕੋਈ ਉਮੀਦ ਨਹੀਂ ਮੌਤ ਵਾਸਤੇ ਅਸੀਂ ਸਦਾ ਹੀ ਤਿਆਰ ਰਹਿੰਦੇ ਸੀ ਸਾਨੂੰ ਪਤਾ ਸੀ ਕਿ ਗੈਸਟ ਆਪੋ ਦੇ ਹੱਥ ਆ ਜਾਣ ਦਾ ਅਰਥ ਹੀ ਮੌਤ ਹੈ ਫੜੇ ਜਾਣ ਪਿੱਛੋਂ ਵੀ ਸਾਡਾ ਆਪਣੇ ਦਿਲ ਨਾਲ ਤੇ ਦੂਸਰੇ ਨਾਲ ਬਤੀਰਾ ਇਸੇ ਸੂਝ ਅਨੁਸਾਰ ਹੁੰਦਾ ਮੇਰਾ ਆਪਣਾ ਨਾਟਕ ਵੀ ਹੁਣ ਅੰਤ ਦੇ ਨੇੜੇ ਹੈ ਪਰ ਮੈਂ ਇਸ ਬਾਰੇ ਆਪ ਨਹੀਂ ਲਿਖ ਸਕਦਾ ਕਿਉਂਕਿ ਮੈਨੂੰ ਅਜੇ ਪਤਾ ਹੀ ਨਹੀਂ ਕਿ ਉਹ ਕਿਹੋ ਜਿਹਾ ਹੋਏਗਾ ਇਹ ਕੋਈ ਨਾਟਕ ਨਹੀਂ ਜ਼ਿੰਦਗੀ ਹੈ ਆਖਰੀ ਟਾਕੇ ਲਈ ਪਰਦਾ ਉੱਠ ਰਿਹਾ ਹੈ ਲੋਕੋ ਮੈਂ ਤੁਹਾਨੂੰ ਸਭਨਾਂ ਨੂੰ ਪਿਆਰ ਦਸਾਂ ਖਬਰਦਾਰ ਰਹਿਣਾ ਜੂਲੀਅਸ ਫਿਊਟਿਕ ਜੂਨ 9 1943 ਸਮਾਪਤ